ਮੋਦੀ ਸਰਕਾਰ ਨੇ ਕਿਸਾਨਾਂ ਵਾਸਤੇ 60 ਸਕੀਮਾਂ ਚੱਲ ਰਹੀਆਂ ਨੇ। ਮੇਰਾ ਸਵਾਲ ਕਿਸਾਨ ਜਥੇਬੰਦੀਆਂ ਨੂੰ ਇਹ ਹੈ ਵੀ ਉਹਨਾਂ ਨੇ ਕਿਹੜੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਉਹਨਾਂ ਤੱਕ ਪਹੁੰਚਾਈਆਂ? ਤੁਸੀਂ ਕਿੰਨੇ ਕਿਸਾਨਾਂ ਨੂੰ ਔਰਗੈਨਿਕ ਦੇ ਵੱਲ, ਜੈਵਿਕ ਖੇਤੀ ਦੇ ਵੱਲ ਮੋਲਡ ਕੀਤਾ? ਤੁਸੀਂ ਕਿੰਨੇ ਕਿਸਾਨਾਂ ਦੇ ਰੋਜ਼ਗਾਰ ਉਹਨਾਂ ਨੂੰ ਵਧਾਉਣ ਵਾਸਤੇ, ਉਹਨਾਂ ਨੂੰ ਖੇਤੀ ਦੇ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ ਹੋ ਗਿਆ, ਮੱਛੀ ਫਾਰਮ ਹੋ ਗਿਆ, ਡੈਰੀ ਫਾਰਮ, ਉਹਨਾਂ ਵੱਲ ਕਦੋਂ ਕਿੰਨੇ ਫਾਰਮਰਾਂ ਨੂੰ ਤੁਸੀਂ ਲੈ ਕੇ ਗਏ ਹੋ? ਤੁਸੀਂ ਉਹਨਾਂ ਨੂੰ ਕਿੰਨਿਆਂ ਨੂੰ ਕਿਹਾ ਵੀ ਤੁਸੀਂ ਭਾਈ ਇੱਥੇ ਕਣਕ ਬੀਜੀ ਹੈ, ਕਣਕ ਦਾ ਤੁਸੀਂ ਆਟਾ ਬਣਾ ਕੇ ਪੈਕਿੰਗ ਕਰਕੇ ਵੇਚੋ, ਤੁਸੀਂ ਇੱਥੇ ਮਿਰਚਾਂ ਲਾਉਂਦੇ ਹੋ, ਉਹਦੀਆਂ ਮਿਰਚਾਂ ਦਾ ਅਚਾਰ ਬਣਾ ਕੇ ਅਚਾਰ ਸਪਲਾਈ ਕਰੋ। ਸੈਂਟਰ ਗੌਰਮੈਂਟ ਐਕਸਪੋਰਟ ਪਾਲਿਸੀ ਇੰਨੀ ਕਿ ਜ਼ਬਰਦਸਤ ਬਣੀ ਹੋਈ ਹੈ ਨਾ ਐਗਰੀਕਲਚਰ, ਉਹਦੇ 'ਤੇ ਹਰ ਚੀਜ਼ ਦਾ ਬਜਟ 4 ਗੁਣਾ 5 ਗੁਣਾ ਵੱਧ ਗਿਆ। ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੀ ਬੀਜੇਪੀ ਸਰਕਾਰ ਹੈ ਉਹ ਕਿਸਾਨਾਂ ਪ੍ਰਤੀ ਵਫ਼ਾਦਾਰ ਹੈ? ਬਿਲਕੁਲ ਹੈ ਜੀ। ਫਿਰ MSP ਕਿਉਂ ਨਹੀਂ ਦੇ ਰਹੀ? ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ MSP ਵੀ ਆਪਣੇ ਪੰਜਾਬ ਨੂੰ ਮਿਲੀ ਸੀ, ਜਿਹੜੀ ਅੱਜ ਤੱਕ ਕੰਟੀਨਿਊ ਚੱਲਦੀ ਪਈ ਹੈ। ਕਿਸੇ ਨੇ ਉਹਨੂੰ ਛੇੜਿਆ ਨਹੀਂ, ਉਹ ਕਹਿੰਦੇ ਵੀ ਹੁਣ ਇਹਦਾ ਕਾਨੂੰਨ ਬਣਾ ਦਿਓ। ਕਾਨੂੰਨ ਫਿਰ ਇੱਕ ਸਟੇਟ ਲਈ ਨਹੀਂ ਬਣਦਾ, ਉਹ ਪੂਰੇ ਦੇਸ਼ ਲਈ ਬਣਦਾ, ਤਾਂ ਉਹਦੇ 'ਚ ਓਵਰਆਲ ਆਪਾਂ ਨੂੰ ਨੁਕਸਾਨ ਹੋਊਗਾ। ਲੱਗਦਾ ਵੀ ਇਸ ਸਥਿਤੀ ਦੇ ਵਿੱਚੋਂ BJP ਪੰਜਾਬ ਦੇ ਵਿੱਚ ਉੱਭਰ ਸਕਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਕਿਸਾਨ ਹੀ ਨੇ। ਬਿਲਕੁਲ ਹੈ ਨਾ, ਚਲੋ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਬੈਠਿਆ ਹੋਇਆ ਵੀ ਸਾਨੂੰ ਇਹ ਚੀਜ਼ ਨਹੀਂ ਮਿਲ ਰਹੀ, ਸਾਨੂੰ ਉਹ ਚੀਜ਼ ਨਹੀਂ ਮਿਲ ਰਹੀ, ਜਾਂ ਸਾਨੂੰ ਇਹ ਚੀਜ਼ ਹੋਣੀ ਚਾਹੀਦੀ ਸੀ, ਤੁਸੀਂ ਕਿਵੇਂ ਦੇਖਦੇ ਹੋ ਵੀ ਕਿਵੇਂ BJP ਕਿਵੇਂ ਉੱਭਰ ਸਕਦੀ ਹੈ ਇਸ ਚੀਜ਼ ਤੋਂ, ਕਿਵੇਂ ਲੋਕਾਂ ਦੇ ਮਨ ਦੇ ਵਿੱਚ ਆਪਣਾ ਘਰ ਬਣਾ ਸਕਦੀ? ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਤਾ ਚੱਲ ਗਿਆ ਇਹ ਚੀਜ਼ਾਂ ਦਾ ਵੀ, ਜਦ ਦਿੱਲੀ ਉਦੋਂ ਧਰਨਾ ਚੱਲਿਆ ਉਦੋਂ ਇਹਨਾਂ ਨੇ ਕੀ ਬਣਾਏ, ਜਿਹੜੇ ਯੂਨੀਅਨਾਂ ਦੇ ਲੀਡਰ ਹੈਗੇ ਨੇ ਉਹਨਾਂ ਨੇ ਵੱਡੇ ਵੱਡੇ ਘਰ ਬਣਾ ਲਏ, ਆਪਣੇ ਜ਼ਮੀਨਾਂ ਜਾਇਦਾਦਾਂ ਪਲੋਟ ਲੈ ਲਏ, ਹੁਣ ਉਹਨਾਂ ਨੂੰ ਲੋਕਲ ਕਿਸਾਨਾਂ ਨੂੰ ਪਤਾ ਲੱਗਿਆ। ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਕੀਤੇ ਗਏ ਸੀ ਵੀ ਖਰੀਦ ਦਾ ਜਿਹੜਾ ਦੌਰ ਚੱਲ ਰਿਹਾ ਵੀ ਫੋਨ ਆਉਂਦੇ ਨੇ 40 ਤੋਂ 50 ਕਰੋੜ ਰੁਪਈਆ ਤੁਹਾਨੂੰ ਦੇ ਦਿੱਤਾ ਜਾਵੇਗਾ, ਇੱਕ ਪਾਸੇ ਬਿਆਨ ਇਹ ਵੀ ਆ ਜਾਂਦਾ, ਇੱਕ ਪਾਸੇ ਲੀਡਰ ਵਿੱਚ ਸ਼ਾਮਿਲ ਵੀ ਹੋ ਜਾਂਦੇ ਨੇ, ਅਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਨੇ, ਲੱਗਦਾ ਹੈ ਵੀ BJP ਇੱਕ ਤਾਂ ਭਾਰਤ ਦੇ ਵਿੱਚ ਸਰਕਾਰ ਬਣਾਈ ਬੈਠੀ ਆ ਵੀ ਕੁਛ ਕੁ ਲੋਕਾਂ ਨੂੰ ਲਾਲਚ ਹੋਊਗਾ ਵੀ ਤਾਂ BJP ਦੇ ਵਿੱਚ ਆ ਰਹੇ। 2024 ਲੋਕ ਸਭਾ ਚੋਣਾਂ ਦਾ ਬਿਗਲ ਹੈ ਜਿਹੜਾ ਪੰਜਾਬ ਦੇ ਵਿੱਚ ਵੱਜਿਆ ਹੋਇਆ, ਜਿਸ ਕਰਕੇ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਸਰਗਰਮ ਹੋਈਆਂ ਵੀ ਨੇ, ਪ੍ਰਚਾਰ ਆ ਜਿਹੜਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਸਾਰੀਆਂ ਪਾਰਟੀਆਂ ਆਪਣੇ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ। ਜੇ ਭਾਜਪਾ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਆ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ, ਕਿਉਂਕਿ ਇੱਕ ਤਾਂ ਕਿਸਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਭਾਜਪਾ ਦੇ ਆਗੂਆਂ ਨੂੰ ਵੀ ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਣਾ ਤਾਂ ਸਾਡੇ ਵੱਲੋਂ ਜਿਹੜੇ ਸਵਾਲ ਨੇ ਤਿਆਰ ਕੀਤੇ ਹੋਏ ਨੇ ਤਾਂ ਤੁਸੀਂ ਵੀ ਉਹਨਾਂ ਦੇ ਜਵਾਬ ਨੇ ਜਿਹੜੇ ਉਹ ਲੈ ਕੇ ਪਿੰਡਾਂ ਦੇ ਵਿੱਚ ਵੜਿਓ, ਨਹੀਂ ਤਾਂ ਫਿਰ ਨਾ ਵੜਿਓ। ਤਾਂ ਇਹ ਗੱਲਾਂ ਕਰਕੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਤਾਂ ਸਾਡੇ ਨਾਲ ਅੱਜ ਇੱਕ ਭਾਜਪਾ ਆਗੂ ਜੁੜੇ ਨੇ ਸੰਗਰੂਰ ਤੋਂ, ਸੰਦੀਪ ਮਲਾਣਾ ਜੀ, ਇੱਕ NGO ਵੀ ਚਲਾਉਂਦੇ ਨੇ, ਉਸ NGO ਦੇ ਵਿੱਚ ਜਿਹੜੇ ਹੈਂਡੀਕੈਪ ਸਾਡੇ ਭਰਾ ਹੁੰਦੇ ਨੇ, ਭੈਣਾਂ ਹੁੰਦੇ ਨੇ, ਵੀਰ ਹੁੰਦੇ ਨੇ, ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਹੁੰਦੇ ਨੇ, ਤਾਂ ਉਹਨਾਂ ਨੂੰ ਇੱਕ ਸਕੀਮ ਦੇ ਤਹਿਤ ਉਹ ਸਾਰਾ ਸਮਾਨ ਮੁਹੱਈਆ ਕਰਵਾਉਂਦੇ ਨੇ ਜਿਹੜਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਹਾਇਤਾ ਕਰਦਾ। ਤਾਂ ਅੱਜ ਸਾਡੇ ਨਾਲ ਸੰਦੀਪ ਜੀ ਹੋਰੀ ਜੁੜੇ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਸ਼ ਜੀ। ਅਤੇ ਜਿਵੇਂ ਹੁਣ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਤੁਸੀਂ ਸੰਗਰੂਰ ਤੋਂ BJP ਦੇ ਆਗੂ ਰਹੇ ਹੋ, ਤਾਂ ਅੱਜ ਪੰਜਾਬ ਦੇ ਵਿੱਚ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ, ਅਤੇ ਤੁਸੀਂ ਕਿਵੇਂ ਦੇਖਦੇ ਹੋ ਵੀ ਪਾਰਟੀ ਦਾ ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਪਾਰਟੀ ਦੇ? ਦੇਖੋ, ਮੈਂ ਹਰਜੀ ਕਹਿਣਾ ਚਾਹੁੰਦਾ ਜੋ ਪੰਜਾਬ ਦੇ ਕਿਸਾਨ ਹੈਗੇ ਨੇ, ਕਿਸਾਨ ਭਰਾਵਾਂ ਨੂੰ ਜੋ ਜਾਂ ਕਿਸਾਨ ਜਥੇਬੰਦੀਆਂ ਨੇ, ਦੇਖੋ ਕਿਸਾਨ ਕੋਈ ਵੀ ਜਥੇਬੰਦੀ ਆ ਉਹਦਾ ਕੰਮ ਹੁੰਦਾ ਵੀ ਅਸੀਂ ਆਪਣੇ
ਜੋ ਮੈਂਬਰਸ ਹੈਗੇ ਨੇ ਉਹਨਾਂ ਨੂੰ ਅਸੀਂ ਅੱਗੇ ਗਰੋ ਕਰਵਾਈਏ। ਹੁਣ ਕਿਸਾਨ ਜਥੇਬੰਦੀ ਦਾ ਕੰਮ ਹੈ ਕਿਸਾਨਾਂ ਦੀ ਜੀਵਨ ਪੱਧਰ ਨੂੰ ਉੱਪਰ ਕਰਨਾ। ਮੋਦੀ ਸਰਕਾਰ ਨੇ ਕਿਸਾਨਾਂ ਵਾਸਤੇ 60 ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਜੀਵਨ ਨੂੰ ਉੱਪਰ ਕਰਨ ਵਾਸਤੇ। ਚਾਹੇ ਉਹ ਮੇਰਾ ਸਵਾਲ ਕਿਸਾਨ ਜਥੇਬੰਦੀਆਂ ਨੂੰ ਇਹ ਹੈ ਵੀ ਉਹਨਾਂ ਨੇ ਕਿਹੜੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਉਹਨਾਂ ਤੱਕ ਪਹੁੰਚਾਈਆਂ? ਜਿੱਦਾਂ ਕਿਸਾਨਾਂ ਦੇ ਪਹਿਲਾਂ ਆਪਾਂ ਖੇਤ ਦੀ ਗੱਲ ਕਰਦੇ ਹਾਂ, ਉਹਦੀ ਸੋਇਲ ਹੈਲਥ ਕਾਰਡ ਬਣ ਰਿਹਾ, ਉਹਦੀ ਮਿੱਟੀ ਦੀ ਜਾਂਚ ਹੁੰਦੀ ਹੈ, ਪਾਣੀ ਦੀ ਜਾਂਚ ਹੁੰਦੀ ਹੈ। ਜੇ ਉਹਦੇ ਵਿੱਚ ਕੋਈ ਵੀ ਧਾਤੂ ਦੀ ਕਮੀ ਪਾਉਂਦੀ ਹੈ ਤਾਂ ਸਰਕਾਰ ਦੇ ਡਿਪਾਰਟਮੈਂਟ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈਗਾ ਡਿਸਟ੍ਰਿਕਟ ਦਾ, ਉਹਨਾਂ ਵੱਲੋਂ ਉਹਨਾਂ ਨੂੰ ਨਿਊਟ੍ਰੀਐਂਟਸ ਪ੍ਰੋਵਾਈਡ ਕਰਵਾਏ ਜਾਂਦੇ ਆ। ਜਿਪਸਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ, ਇਹ ਸਲਫਰ ਹੋ ਗਿਆ, ਉਹਨਾਂ ਦੇ ਖੇਤਾਂ ਦੇ ਵਿੱਚ ਫ੍ਰੀ ਆਫ ਕੋਸਟ ਕਰਵਾਇਆ ਜਾਂਦਾ। ਵੀ ਮੇਰਾ ਕਿਸਾਨਾਂ ਨੂੰ ਇਹ ਹੈ ਵੀ ਤੁਸੀਂ ਦੱਸੋ ਕਿਹੜੇ ਕਿੰਨੇ ਕਿਸਾਨਾਂ ਨੂੰ ਤੁਸੀਂ ਇਹ ਸੋਇਲ ਹੈਲਥ ਕਾਰਡ ਅਤੇ ਵਾਟਰ ਹੈਲਥ ਕਾਰਡ ਬਣਵਾ ਕੇ ਦਿੱਤਾ। ਫਿਰ ਦੂਜੀ ਚੀਜ਼, ਤੁਸੀਂ ਕਿੰਨੇ ਕਿਸਾਨਾਂ ਨੂੰ, ਆਪਾਂ ਸਟੇਜਾਂ 'ਤੇ ਖੜ੍ਹ ਕੇ ਬੋਲਦੇ ਹਾਂ ਜੀ ਅਸੀਂ ਔਰਗੈਨਿਕ ਖੇਤੀ ਆ, ਸਾਡੀ ਜ਼ਹਿਰ ਪਵਾ ਲਿਆ ਖੇਤਾਂ ਦੇ ਵਿੱਚ, ਫਸਲਾਂ 'ਚ ਅਸੀਂ ਜ਼ਮੀਨਾਂ ਆਪਣੀਆਂ ਜ਼ਹਿਰੀਆਂ ਕਰ ਲਈਆਂ, ਤੁਸੀਂ ਕਿੰਨੇ ਕਿਸਾਨਾਂ ਨੂੰ ਔਰਗੈਨਿਕ ਦੇ ਵੱਲ, ਜੈਵਿਕ ਖੇਤੀ ਦੇ ਵੱਲ ਮੋਲਡ ਕੀਤਾ, ਤੁਸੀਂ ਕਿੰਨੇ ਕਿਸਾਨਾਂ ਦੇ ਰੋਜ਼ਗਾਰ ਉਹਨਾਂ ਨੂੰ ਵਧਾਉਣ ਵਾਸਤੇ, ਉਹਨਾਂ ਨੂੰ ਖੇਤੀ ਦੇ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ ਹੋ ਗਿਆ, ਮੱਛੀ ਫਾਰਮ ਹੋ ਗਿਆ, ਡੈਰੀ ਫਾਰਮ, ਉਹਨਾਂ ਵੱਲ ਕਦੋਂ ਕਿੰਨੇ ਫਾਰਮਰਾਂ ਨੂੰ ਤੁਸੀਂ ਲੈ ਕੇ ਗਏ ਹੋ, ਜਾਂ ਕਿੰਨੇ ਫਾਰਮਰਾਂ ਦਾ ਤੁਸੀਂ ਫੂਡ ਪ੍ਰੋਸੈਸਿੰਗ ਯੂਨਿਟ ਲਵਾਏ ਨੇ। ਹੁਣ ਸੰਗਰੂਰ ਦੇ ਵਿੱਚ ਮੇਰੇ, ਮੈਂ ਮੂਣਕ ਤੋਂ ਜਿੱਥੋਂ ਬਿਲੋਂਗ ਕਰਦਾ, ਮੈਂ 4 ਗਰੁੱਪ ਬਣਾਏ ਨੇ, ਸਵਾ ਸਹਾਇਤਾ ਗਰੁੱਪ, ਉਹਨਾਂ ਦੇ ਵਿੱਚ 8-8 ਕਿਸਾਨਾਂ ਦਾ ਇੱਕ ਕਲਸਟਰ ਬਣਿਆ ਹੋਇਆ ਜਿਹਦੇ 'ਚ 2 SC ਭਰਾ ਨੇ, ਚਾਹੇ ਉਹ ਆਪਣੇ ਸੀਰੀ ਪਾਲੀ ਨੇ, ਉਹਨਾਂ ਕੋਲ ਜ਼ਮੀਨ ਹੈ ਨਹੀਂ ਹੈ, 2 ਲੇਡੀਜ਼ ਕਿਸਾਨ ਨੇ ਅਤੇ 4 ਕਿਸਾਨ ਹੈਗੇ ਨੇ ਜਿਨ੍ਹਾਂ 'ਚ ਉਹ 2 ਏਕੜ ਜ਼ਮੀਨ ਹੈ 1/2 ਏਕੜ। ਉਹਨਾਂ ਨੂੰ ਹਰ ਸਾਲ ਜਿੱਦਾਂ ਹੁਣ ਪੈਡੀ ਦੇ ਸੀਜ਼ਨ 'ਚ ਆਪਾਂ ਉਹਨੂੰ ਪਰਾਲੀ ਨੂੰ ਅੱਗ ਲਾਉਂਦੇ ਸੀ, ਉਹਨੂੰ ਰੋਕਣ ਵਾਸਤੇ ਵੀ ਤੁਸੀਂ ਸੁਪਰ ਸੀਡਰ ਲੈ ਲਓ, ਹੈਪੀ ਸੀਡਰ ਲੈ ਲਓ, ਉਹ ਇਕੁਪਮੈਂਟ ਪ੍ਰੋਵਾਈਡ ਕਰਵਾਏ ਗਏ। ਜਿਹੜੀ 4 ਲੱਖ ਦੀ ਮਸ਼ੀਨਰੀ ਅਸੀਂ ਉਹ 50-55 ਹਜ਼ਾਰ ਰੁਪਏ ਦੇ ਵਿੱਚ ਬਾਈ ਕੀਤੀ, 80% 90% ਸਾਨੂੰ ਸਬਸਿਡੀਆਂ ਮਿਲੀਆਂ ਅਤੇ ਮੈਂ ਉਹ 4 ਗਰੁੱਪਾਂ ਦੇ ਵਿੱਚ ਦਵਾਈਆਂ। ਵੀ ਮੇਰਾ ਕਿਸਾਨ ਇਹਨਾਂ ਨੂੰ ਜਥੇਬੰਦੀਆਂ ਦੇ ਲੀਡਰਾਂ ਨੂੰ, ਮੇਰਾ ਵੀ ਇੱਕ ਸਵਾਲ ਹੈ, ਮੈਂ ਵੀ ਕਿਸਾਨ ਪਰਿਵਾਰ ਤੋਂ ਹੈਗਾ, ਕਿਸਾਨ ਹਾਂ, ਵੀ ਜੋ ਸਰਕਾਰ ਨੇ ਸਕੀਮਾਂ ਬਣਾਤੀਆਂ ਤੁਸੀਂ ਕਿੰਨੇ ਕਿਸਾਨਾਂ ਨੂੰ, ਜਿਹੜੇ ਤੁਹਾਡੇ ਨਾਲ ਮੈਂਬਰ ਨੇ ਜਾਂ ਜਿਨ੍ਹਾਂ ਤੋਂ ਤੁਸੀਂ ਫੰਡ ਲੈਂਦੇ ਹੋ ਪਿੰਡਾਂ 'ਚੋਂ, ਉਹਨਾਂ ਨੂੰ ਕਿੰਨਿਆਂ ਨੂੰ ਤੁਸੀਂ ਉਹ ਦਵਾਈਆਂ, ਉਹਨਾਂ ਦੇ ਬੱਚੇ ਬਾਹਰ ਜਾਣ ਲੱਗ ਰਹੇ ਨੇ, ਤੁਸੀਂ ਉਹਨਾਂ ਨੂੰ ਕਿੰਨਿਆਂ ਨੂੰ ਕਿਹਾ ਵੀ ਤੁਸੀਂ ਭਾਈ ਇੱਥੇ ਕਣਕ ਬੀਜੀ ਹੈ, ਕਣਕ ਦਾ ਤੁਸੀਂ ਆਟਾ ਬਣਾ ਕੇ ਪੈਕਿੰਗ ਕਰਕੇ ਵੇਚੋ, ਤੁਸੀਂ ਇੱਥੇ ਮਿਰਚਾਂ ਲਾਉਂਦੇ ਹੋ ਉਹਦੀਆਂ ਮਿਰਚਾਂ ਦਾ ਅਚਾਰ ਬਣਾ ਕੇ ਅਚਾਰ ਸਪਲਾਈ ਕਰੋ। ਸੈਂਟਰ ਗੌਰਮੈਂਟ ਐਕਸਪੋਰਟ ਪਾਲਿਸੀ ਇੰਨੀ ਕਿ ਜ਼ਬਰਦਸਤ ਬਣੀ ਹੋਈ ਹੈ ਨਾ ਐਗਰੀਕਲਚਰ, ਉਹਦੇ 'ਤੇ ਹਰ ਚੀਜ਼ ਦਾ ਬਜਟ 4-5 ਗੁਣਾ ਵੱਧ ਗਿਆ। MSP ਸੀ ਜੋ MSP ਦਾ ਰੇਟ ਡਬਲ ਹੋ ਗਿਆ। ਵੀ ਫਿਰ ਵੀ ਅਗਰ ਆਪਾਂ ਇੱਕ ਪ੍ਰੋਪੋਗੰਡਾ ਦੇ ਅਧੀਨ BJP ਦੇ ਵਰਕਰਸ ਨੂੰ ਕਿਉਂ ਨਹੀਂ ਪਿੰਡਾਂ ਦੇ ਵਿੱਚ ਆਉਣ ਦੇਣਾ ਚਾਹੁੰਦੇ ਵੀ ਉਹ ਆ ਕੇ ਇੱਥੇ ਸਕੀਮਾਂ ਦੱਸਣਗੇ, ਸਾਡੇ ਕੋਲ ਕੋਈ ਜਵਾਬ ਨਹੀਂ ਹੋਊਗਾ? ਤਾਂ ਮੇਰਾ ਹਰਸ਼ ਜੀ ਇੰਨਾ ਹੀ ਕਹਿਣਾ ਇਹਦੇ 'ਤੇ। ਨਹੀਂ ਫਿਰ ਜੇ ਸਕੀਮ, ਹੁਣ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੀ BJP ਸਰਕਾਰ ਹੈ ਉਹ ਕਿਸਾਨਾਂ ਪ੍ਰਤੀ ਵਫਾਦਾਰ ਹੈ? ਬਿਲਕੁਲ ਹੈ ਜੀ। ਫਿਰ MSP ਕਿਉਂ ਨਹੀਂ ਦੇ ਰਹੀ? MSP ਕਿਉਂ ਹੈ, ਐਂ ਦੱਸੋ ਹਟਾਈ ਕਦੋਂ ਹੈ? ਸ਼ੰਭੂ ਬਾਰਡਰ ਦੀ ਗੱਲ ਕਰ ਲਈਏ, ਖਨੌਰੀ ਬਾਰਡਰ ਦੀ ਗੱਲ ਕਰ ਲਈਏ, ਸਾਰੇ ਉੱਥੇ ਰੋਕੇ ਵੇ ਨੇ, ਇੱਥੋਂ ਤੱਕ ਕਿ ਖੱਟਰ ਸਰਕਾਰ, BJP ਦੀ ਸਰਕਾਰ ਉਹਨਾਂ ਨੂੰ ਦਿੱਲੀ ਵੱਲ ਵਧਣ ਵੀ ਨਹੀਂ ਦੇ ਰਹੀ। ਜਿਹੜਾ ਮੇਨ ਹੁਣ ਪੰਜਾਬ ਦੇ ਵਿੱਚ ਜੇ ਆਪਾਂ ਆਪਸੀ ਤੌਰ 'ਤੇ ਗੱਲ ਕਰ ਲਈਏ, ਪੰਜਾਬ ਦੇ ਵਿੱਚ ਜ਼ਿਆਦਾਤਰ BJP ਦਾ ਵਿਰੋਧ ਇਸ ਕਰਕੇ ਹੋ ਰਿਹਾ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਾਰਡਰਾਂ ਤੱਕ ਸੀਮਤ ਰੱਖ ਲਿਆ ਅਥਰੂ ਗੈਸ ਦੇ ਗੋਲੇ, ਉਹਦਾ ਕਾਰਨ ਕੀ ਮੰਨਦੇ ਵੀ ਉਹਨਾਂ ਨੂੰ ਅੱਗੇ ਕਿਉਂ ਨਹੀਂ ਵਧਣ ਦਿਆ ਜਾ ਰਿਹਾ ਜੇ BJP ਕਿਸਾਨਾਂ ਪ੍ਰਤੀ ਵਫਾਦਾਰ ਆ ਤਾਂ? ਬਿਲਕੁਲ ਜੀ, ਦੇਖੋ ਹਰਸ਼ ਜੀ, ਐਵੇਂ ਆ, ਜੋ ਤੁਸੀਂ ਬਾਰਿਸ਼ ਦੀ ਗੱਲ ਕਰੀ ਵੀ ਮੀਂਹ ਪੈ ਜਾਂਦਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚੱਲ ਰਹੀ ਆ,
ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ। ਕਿਹਨਾਂ ਨੇ ਨਹੀਂ ਕੀਤੀ? ਪਹਿਲਾਂ ਕਾਂਗਰਸ ਸਰਕਾਰ ਨੇ ਨਹੀਂ ਲਾਗੂ ਕੀਤੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਉਸ ਸ਼ੁਰੂ ਹੋ ਜਾਂਦੀ ਤਾਂ ਲੋਕਾਂ ਨੂੰ ਜੇ ਕੋਈ ਜਿਵੇਂ ਹੁਣ ਹੜ੍ਹ ਆਏ ਸੀ, ਹੜ੍ਹਾਂ ਦੇ ਵਿੱਚ ਆਪਾਂ ਨੂੰ ਕਿੰਨਾ ਮਤਲਬ 40% ਲੋਕਾਂ ਨੂੰ ਹੋ ਸਕਦਾ 800 ਰੁਪਇਆ ਮਿਲਿਆ ਹੋਵੇ ਇੱਕ ਏਕੜ ਮਗਰ, ਪਰ ਉਸ ਤੋਂ ਵੱਧ ਤਾਂ ਖਰਚਾ ਆ ਗਿਆ ਜੀ। ਅਤੇ ਦੂਜੀ ਚੀਜ਼ ਜਿਹੜੀ ਤੁਸੀਂ ਗੱਲ ਕਰਦੇ ਵੀ ਐੱਮ ਐੱਸ ਪੀ, ਜਦੋਂ ਦੀ ਮੈਂ ਸੂਰਤ ਸੰਭਾਲੀ ਆ, ਮੈਂ ਇੱਕ ਵੀ ਟਰਮ ਇੱਦਾਂ ਦੀ ਨਹੀਂ ਆਈ ਵੀ ਹਾਂ ਆਪਣੀ ਕਣਕ ਮੰਡੀਆਂ ਦੇ ਵਿੱਚ ਰਹਿ ਗਈ ਹੋਵੇ ਜਾਂ ਆਪਣਾ ਝੋਨਾ ਮੰਡੀਆਂ 'ਚ ਰਹਿ ਗਿਆ ਹੋਵੇ ਉਹ ਨਾ ਵਿਕਿਆ ਹੋਵੇ, ਸਰਕਾਰ ਉਹਨਾਂ ਨੂੰ ਖਰੀਦਣ ਲੱਗ ਰਹੀ। ਹਾਂ, ਮੋਦੀ ਸਰਕਾਰ ਨੇ ਉਹਦਾ ਰੇਟ ਜ਼ਰੂਰ ਲਗਭਗ 90% ਤੱਕ ਵੱਧ ਗਿਆ। ਜਿਹੜੀ ਚੀਜ਼ 1050 ਦੀ ਸੀ, ਅੱਜ 2050 ਤੱਕ ਹੋਇਆ ਰੇਟ, ਤਾਂ ਉਹ ਚੀਜ਼ ਲਈ ਆਪਾਂ ਮਤਲਬ ਕਦੇ ਆਪਾਂ ਨੂੰ ਉਹ ਵੀ ਕਰਨਾ ਪਊਗਾ ਵੀ ਹਾਂ ਧੰਨਵਾਦ ਵੀ ਕਰੀਏ ਵੀ ਹਾਂ ਜੀ ਤੁਸੀਂ ਰੇਟ ਵਧਾਏ। ਕਿੰਨੇ ਟਾਈਮ 'ਚ ਹੋਇਆ? 10 ਸਾਲਾਂ ਦੇ ਵਿੱਚ ਹੋਇਆ। ਫਿਰ ਜਿਹੜੀ ਲਾਈਨਾਂ, ਮੰਨ ਲਓ ਸਾਡੇ ਨੇੜੇ ਨਾ ਕੋਆਪਰੇਟਿਵ ਸੁਸਾਇਟੀ ਹੈ, ਮੈਂ ਅੱਜ ਤੋਂ 10-12 ਸਾਲ ਪਹਿਲਾਂ ਕਦੇ ਸਕੂਲ 'ਚ ਛੁੱਟੀ ਹੁੰਦੀ, ਉੱਥੇ ਟਰੈਕਟਰਾਂ ਦੀ ਨਾ ਲਾਈਨਾਂ ਲੱਗੀਆਂ ਹੁੰਦੀਆਂ ਯੂਰੀਆ ਲੈਣ ਵਾਸਤੇ। ਅੱਜ ਉਹ ਕਦੇ ਲਾਈਨਾਂ ਦੇਖੀਆਂ ਨੇ ਜੀ? ਯੂਰੀਆ ਨੀਮ, ਜਿਹੜਾ ਬਲੈਕ ਮਾਰਕੀਟ ਹੋ ਰਹੀ ਸੀ ਉਹਦੇ, ਨੀਮ ਕੋਟਡ ਯੂਰੀਆ ਆ ਗਿਆ, ਫਿਰ ਨੈਨੋ ਯੂਰੀਆ ਆ ਗਿਆ। ਪਹਿਲਾਂ 300 ਰੁਪਇਆ ਸਬਸਿਡੀ ਮਿਲਦੀ ਹੁੰਦੀ ਸੀ ਯੂਰੀਏ 'ਤੇ, ਹੁਣ 1200 ਰੁਪਇਆ ਸਬਸਿਡੀ ਮਿਲਣ ਲੱਗ ਰਹੀ ਹੈ। DAP 'ਤੇ ਸੇਮ ਆਹੀ ਉਹ ਹੈਗੀ ਆ। ਦੂਜਾ ਫਿਰ ਆਪਾਂ ਪੰਜਾਬ ਦੇ ਵਿੱਚ ਜੰਮੂ ਹੈ ਜਾਂ ਹਿਮਾਚਲ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਯੂਰੀਆ ਵਗੈਰਾ ਬੰਦ ਕਰਤਾ ਉਹਨਾਂ ਨੇ, 50% 25% ਐਵੇਂ ਕੋਟੇ ਹੀ ਘਟਾ ਤੇ। ਕਿਉਂ? ਵੀ ਔਰਗੈਨਿਕ ਮਤਲਬ ਲੈਂਡ ਹੈਗੀ ਆ, ਉਹਨੂੰ ਔਰਗੈਨਿਕ ਹੀ ਰਹਿਣ। ਸੇਮ ਪੰਜਾਬ ਦੇ ਵਿੱਚ ਕਰਨ ਲੱਗ ਰਹੇ ਨੇ, ਉਹਨਾਂ ਨੂੰ ਔਰਗੈਨਿਕ ਵਾਸਤੇ ਹਰ ਇੱਕ ਜੋ ਆਪਾਂ ਕਹਿੰਦੇ ਹਾਂ ਵੀ ਆਪਾਂ ਨੂੰ ਇਹਦੇ 'ਚ ਬਹੁਤ ਸਮਾਨ ਪਾਉਣਾ ਪਊ, ਇਹ 'ਚ ਦੇਸੀ ਖਾਦਾਂ ਪਾਣੀਆਂ ਪੈਣਗੀਆਂ, ਗੰਡੋਏ ਵਾਲੀ ਖਾ, ਉਹ ਸਾਰੀਆਂ ਚੀਜ਼ਾਂ ਸਰਕਾਰ ਪ੍ਰੋਵਾਈਡ ਕਰਵਾਉਂਦੀ ਹੈ। ਇੱਕ ਵਾਰ ਆਪਾਂ ਉਹਨੂੰ ਉਹ ਆਪਣੇ ਮਤਲਬ ਲਾਈਫ ਨੂੰ ਜਾਂ ਆਪਣੇ ਖੇਤਾਂ ਨੂੰ ਉੱਧਰਲੇ ਪਾਸੇ ਮੋੜ ਤਾਂ ਕਰੀਏ। ਤੀਜੀ ਚੀਜ਼ ਭਾਅ ਜੀ ਤੁਸੀਂ ਹਰਸ਼ ਜੀ ਕਹੀ ਵੀ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ, ਮੰਨ ਲਓ ਖਨੌਰੀ ਬੋਰਡਰ ਜਾਂ ਉੱਧਰ ਕ੍ਰੋਸ ਨਹੀਂ ਕਰਨ ਦਿੱਤਾ। ਦੇਖੋ ਜੋ ਡਿਮਾਂਡਸ ਹੈਗੀਆਂ ਸੀ ਜੀ, 3 ਖੇਤੀ ਕਾਨੂੰਨਾਂ ਤੋਂ ਲੈ ਕੇ ਗੱਲ ਸ਼ੁਰੂ ਹੋਈ ਸੀ, ਉੱਥੇ ਹੋ ਗਈਆਂ। ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਵੀ ਚੱਲਦੀਆਂ ਰਹੀਆਂ ਵੀ ਇਹ ਕੀ ਗੱਲ ਹੋਈ। ਜਦੋਂ ਮਾਰਚ ਆਇਆ, ਇਲੈਕਸ਼ਨ ਦਾ ਮਤਲਬ ਪਤਾ ਲੱਗਿਆ ਵੀ ਮਹੀਨੇ ਬਾਅਦ ਇਲੈਕਸ਼ਨ ਹੈ, ਵੀ ਅੱਜ ਪਾਰਲੀਮੈਂਟਰੀ ਦਾ ਸੈਸ਼ਨ ਖਤਮ ਹੋ ਗਿਆ, ਵੀ ਇਸ ਤੋਂ ਬਾਅਦ ਹੁਣ ਆਹ ਸਰਕਾਰ ਨੇ ਪਾਰਲੀਮੈਂਟ ਦਾ ਸੈਸ਼ਨ ਨਹੀਂ ਆਊਗਾ, ਉਦੋਂ ਹੀ ਆਪਾਂ ਕਿਹਾ ਵੀ ਜੀ ਅਸੀਂ ਦਿੱਲੀ ਜਾਂਦੇ ਹਾਂ। ਅਤੇ ਦੂਜੀ ਚੀਜ਼, ਇਸ ਵਾਰ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਕਿਸਾਨ ਭਰਾ ਨੇ ਨਾ, ਉਹਨਾਂ ਨੇ ਸਮਰਥਨ ਨਹੀਂ ਦਿੱਤਾ। ਇਸ ਵਾਰ ਸਿਰਫ ਯੂਨੀਅਨ ਦੇ ਜਿਹੜੇ ਲੋਕ ਹੈਗੇ ਸੀ ਉਹੀ ਹੈਗੇ ਸੀ। ਹਰ ਆਪਣੀ ਰਾਜਨੀਤਿਕ ਕਾਰਨ ਹੁੰਦੇ ਨੇ, ਕੋਈ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ, ਕੋਈ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਅੰਦਰ ਖਾਤੇ, ਉਹਨਾਂ ਦੇ ਆਪਣੇ ਪੋਲੀਟੀਕਲ ਮੋਟੋ ਹੈਗੇ ਸੀ, ਉਹਨਾਂ ਨੂੰ ਉਹ ਕਰਨ ਵਾਸਤੇ ਜਾ ਰਹੇ ਸੀ। ਹਾਂ, ਪਰ ਇਹ ਹੈ ਵੀ ਲੋਕਤੰਤਰ ਦੇਸ਼ ਦੇ ਵਿੱਚ ਸਾਰਿਆਂ ਨੂੰ ਧਰਨਾ ਦੇਣ ਦਾ ਅਧਿਕਾਰ ਹੈਗਾ ਹੈ, ਜੇ ਉਹ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਜਾ ਵੀ ਸਕਦੇ ਸੀ, ਆਪਾਂ ਨੂੰ ਮਤਲਬ ਉਹ ਚੀਜ਼ ਦੇ ਵਿੱਚ ਕੋਈ ਕਹਿਣ ਦੇ ਵਿੱਚ ਗੁਰੇਜ਼ ਨਹੀਂ ਹੈਗਾ ਵੀ ਹਾਂ ਉਹਨਾਂ ਨੂੰ ਬੋਰਡਰਾਂ 'ਤੇ ਕਿਉਂ ਰੱਖਿਆ ਗਿਆ। ਪਰ ਗੱਲ ਇਹ ਹੈ, ਅਗਰ ਉਹ ਐਜ਼ ਆ ਕਿਸਾਨ ਜਾਂਦੇ ਤਾਂ ਪਹਿਲਾਂ ਵੀ ਤਾਂ ਉੱਥੇ 1.5 ਸਾਲ ਬੈਠ ਕੇ ਆਏ ਨੇ। ਹੁਣ ਕੀ ਬਣ ਕੇ ਜਾ ਰਹੇ ਨੇ ਤੁਹਾਡੇ ਹਿਸਾਬ ਨਾਲ? ਨਹੀਂ, ਹੁਣ ਜੇ ਕਿਸਾਨ ਬਣ ਕੇ ਜਾਂਦੇ, ਨਹੀਂ ਹੁਣ ਕੀ ਹੈ, ਪਿਛਲੀ ਵਾਰ ਕੀ ਸੀ ਜੀ, ਪਿਛਲੀ ਵਾਰ ਪਿੰਡ ਹਰ ਕਿਸਾਨ ਦਾ, ਹਰ ਵਪਾਰੀ ਦਾ, ਸਾਰਿਆਂ ਦਾ ਸਮਰਥਨ ਸੀ। ਇਸ ਵਾਰ ਸਿਰਫ ਜਿਹੜੇ ਮਤਲਬ ਕਿਸਾਨ ਪਾਰਟੀਆਂ ਦੇ ਜਿਹੜੇ ਆਗੂ ਨੇ, ਯੂਨੀਅਨਾਂ ਦੇ ਜਿਹੜੇ ਆਗੂ ਨੇ, ਸਿਰਫ ਉਹੀ ਹੈਗੇ ਸੀ। ਉਹ ਵੀ ਉਹਨਾਂ 'ਚੋਂ 3-4 ਯੂਨੀਅਨਾਂ ਆਈਆਂ ਸੀ, ਬਾਕੀ ਸਾਰਿਆਂ ਨੇ ਉਹਦਾ ਬਾਈਕਾਟ ਕੀਤਾ ਸੀ ਵੀ ਅਸੀਂ ਨਹੀਂ ਜਾਵਾਂਗੇ ਵੀ ਸਾਡੀ, ਕਿਉਂਕਿ ਮੰਤਰੀ ਇੱਥੇ ਡੇਲੀ ਆਉਂਦੇ ਰਹੇ ਨੇ, 5-5 ਮੰਤਰੀਆਂ ਦਾ ਪੈਨਲ, ਐਗਰੀਕਲਚਰ ਸੈਕਟਰੀ ਸਾਰੇ ਚੰਡੀਗੜ੍ਹ, ਜੋ ਵੀ ਮਤਲਬ ਇੱਕ ਦਿਨ 'ਚ ਸਟੈਪ ਹੁੰਦਾ ਸੀ ਨੈਸਟਡੇ ਫਿਰ ਆਉਂਦੇ ਸੀ, ਤਾਂ ਉਹ ਚੀਜ਼ਾਂ ਚੱਲਦੀਆਂ ਰਹੀਆਂ ਨੇ ਜੀ। ਜਿਵੇਂ ਫਿਰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਅਤੇ ਬਹੁਤ ਜ਼ਿਆਦਾ ਸਮਾਂ ਹੋ ਗਿਆ, ਫਿਰ ਉਦੋਂ ਤਾਂ ਉੱਥੇ ਦਿੱਲੀ ਦੇ ਵਿੱਚ ਕਿਹਾ ਗਿਆ ਸੀ ਵੀ ਐੱਮ ਐੱਸ ਪੀ ਲਾਗੂ ਕਰ ਦੇਵਾਂਗੇ,
ਪਰ ਹੁਣ ਤੱਕ ਤਾਂ MSP ਲਾਗੂ ਨਹੀਂ ਹੋਈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕੁਛ ਕੁ ਕਿਸਾਨ ਜਥੇਬੰਦੀਆਂ ਨੇ, ਤਾਂ MSP ਦਾ ਤਾਂ ਹਰੇਕ ਜਿਹੜਾ ਆਪਣਾ ਕਿਸਾਨ ਵੀਰ ਆ ਉਹਨੂੰ ਫਾਇਦਾ ਹੀ ਆ। ਬਿਲਕੁਲ ਜੀ, ਹੈ ਨਾ। ਅਤੇ ਜੇ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੋ, ਚਲੋ ਉਹਨਾਂ ਦੇ ਕੋਈ ਆਪਸੀ ਮਤਭੇਦ ਹੋਣਗੇ, ਜਦੋਂ ਇਹ ਤੁਰੇ ਤਾਂ ਬਾਰਡਰਾਂ 'ਤੇ ਪਹੁੰਚ ਜਾਂਦੇ ਨੇ, ਤਾਂ ਖੱਟੜ ਸਰਕਾਰ ਦੇ ਵੱਲੋਂ, BJP ਦੀ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਵੀ ਕਿਸਾਨ ਜਿਹੜੇ ਟਰੈਕਟਰ ਲੈ ਕੇ ਜਾਂਦੇ ਨੇ, ਸਭ ਤੋਂ ਇਹ ਜਰਿਆ ਨਹੀਂ ਜਾਂਦਾ, ਇਹ ਕਾਰਨ ਦੱਸਿਆ ਜਾਂਦਾ, ਇਹ ਤਾਂ ਕੋਈ ਕਾਰਨ ਨਹੀਂ ਬਣਦਾ। ਦੇਖੋ ਇਹ ਮੈਂ ਉਹਨਾਂ ਦਾ, ਕਿਉਂਕਿ ਕਿਸਾਨ ਦਾ ਕਹਿੰਦੇ ਪੁੱਤ ਹੁੰਦਾ ਟਰੈਕਟਰ। ਬਿਲਕੁਲ, ਜਦੋਂ ਫਿਰ ਆਪਣੇ ਹੀ ਪੁੱਤ ਬਾਰੇ ਬੋਲਿਆ ਜਾਵੇ ਫਿਰ ਤਾਂ ਕਿਸਾਨਾਂ 'ਚ ਰੋਸ। ਬਿਲਕੁਲ ਠੀਕ ਹੈ ਜੀ। ਦੇਖੋ ਇਹ ਬਿਆਨ ਮੈਂ ਉਹਨਾਂ ਦਾ ਨਾ ਸੁਣਿਆ ਅਤੇ ਉਹਦਾ ਉਹੀ ਜਵਾਬ ਦੇ ਸਕਦੇ ਨੇ, ਪਰ ਮੈਂ ਇਹ ਗੱਲ ਦੱਸਦਾ ਤੁਹਾਨੂੰ, ਆਪਾਂ MSP ਦੀ ਗੱਲ ਕਰਦੇ ਹਾਂ। ਦੇਖੋ ਪੰਜਾਬ ਦੇ ਵਿੱਚ MSP ਹੈਗੀ ਆ, ਨਾ ਪੰਜਾਬ ਦੀ MSP ਨੂੰ ਛੇੜਿਆ, ਆਪਣੇ ਖਾਤੇ ਦੇ ਵਿੱਚ ਸਿੱਧੀ ਪੇਮੈਂਟ ਆਉਂਦੀ ਹੈ ਜਦੋਂ ਆਪਾਂ ਫਸਲ ਵੇਚ ਕੇ ਆਉਂਦੇ ਹਾਂ। ਉਹ ਕਣਕ ਵਗੈਰਾ 'ਤੇ ਉਹਦੇ 'ਤੇ ਹੈ ਨਹੀਂ ਗਿਆ ਵੀ ਉਸ ਚੀਜ਼ ਨੂੰ ਆਪਣਾ, ਕਿਉਂਕਿ ਆਪਣੇ ਜ਼ਿਆਦਾਤਰ ਕਣਕ 'ਤੇ ਜੀਰੀ ਆ ਜਿਹੜੀ, ਬਿਲਕੁਲ ਉਹ ਕੀਤੀ ਜਾਂਦੀ ਹੈ, ਬਿਲਕੁਲ, ਹੈ ਨਾ, ਉਗਾਈ ਜਾਂਦੀ ਹੈ, ਅਤੇ ਆਪਣੇ ਦੇਸ਼ ਦਾ ਬਹੁਤ ਵੱਡਾ ਹੱਥ ਆ ਦੇਸ਼ ਦੇ ਵਿੱਚ ਆਪਣੇ ਪੰਜਾਬ ਦਾ। ਬਿਲਕੁਲ ਜੀ, ਪਰ ਉਹਦੇ 'ਤੇ ਤਿਆਰੀ ਨਹੀਂ ਹੈਗੀ। ਨਹੀਂ, ਉਹਦੇ ਉੱਪਰ ਹੀ ਤਾਂ ਦਿੱਤੀ ਜਾਂਦੀ ਹੈ ਕਣਕ ਤੇ ਝੋਨੇ ਦੇ, ਆਪਾਂ ਨੂੰ MSP ਨਿਰਧਾਰਿਤ ਮੁੱਲ ਦੀ ਗੱਲ ਆ ਨਾ। MSP ਦਾ ਮਤਲਬ ਵੀ ਨਿਰਧਾਰਿਤ ਮੁੱਲ ਹੋ ਗਿਆ, ਨਿਰਧਾਰਿਤ ਮੁੱਲ ਨਹੀਂ ਕੋਈ ਉਹ ਕੀਤਾ ਜਾ ਰਿਹਾ ਵੀ ਨਿਰਧਾਰਿਤ ਮੁੱਲ ਵੀ ਹਾਂ ਤੁਹਾਡੀ ਇੰਨੇ ਕੁਇੰਟਲ ਨੂੰ ਚੱਕੀ ਹੀ ਜਾਊਗੀ। ਉਹ ਕਹਿੰਦੇ ਨੇ ਵੀ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਤੁਸੀਂ ਪੜ੍ਹੀ ਹੋਊਗੀ ਵੀ ਉਹਦੇ ਹਿਸਾਬ ਨਾਲ ਇੱਕ ਪਾਸੇ ਆਪਾਂ ਸਵਾਮੀਨਾਥਨ ਨੂੰ ਅਵਾਰਡ ਦੇ ਦਿੰਦੇ ਹਾਂ ਅਤੇ ਦੂਜੇ ਪਾਸੇ ਆਪਾਂ ਉਹਦੀਆਂ ਰਿਪੋਰਟਾਂ ਖਾਰਜ ਕਰ ਦਿੰਦੇ ਹਾਂ। ਬਿਲਕੁਲ ਠੀਕ ਹੈ। ਮੈਨੂੰ ਇਹ ਦੱਸੋ ਭਾਅ ਜੀ, ਮੈਂ ਮੰਨ ਲਓ ਮੈਨੂੰ 50 ਮਣ 55 ਮਣ ਮੇਰੀ ਏਕੜ 'ਚੋਂ ਕਣਕ ਹੋਈ, ਹੁਣ ਕਣਕ ਦਾ ਵਾਢੀ ਦਾ ਸੀਜ਼ਨ ਆ ਗਿਆ, ਮੇਰੀ ਉਹ ਸਾਰੀ ਦੀ ਸਾਰੀ ਮੰਡੀ 'ਚ ਜਾਊਗੀ, ਹੋਰ ਪ੍ਰਾਈਵੇਟ ਤਾਂ ਮੈਂ ਕਿਤੇ ਨਹੀਂ ਵੇਚ ਰਿਹਾ। ਉਹ ਮੇਰੀ ਉਹ ਜਦੋਂ ਮੰਡੀ 'ਚ ਚਲੀ ਗਈ, ਮੈਨੂੰ ਉਹਦੀ ਸਾਰੀ ਦੀ ਪੇਮੈਂਟ ਆ ਗਈ, ਫਿਰ ਐਂ ਦੱਸੋ ਉਹ 'ਚ ਰਹਿ ਕੀ ਗਿਆ? ਆਪਾਂ ਗੱਲ ਕੀ ਕਰਦੇ ਪਏ ਹਾਂ, ਆਪਾਂ ਗੱਲ ਕਰਦੇ ਪਏ ਹਾਂ ਵੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਹ ਹੋਣੀ ਚਾਹੀਦੀ ਹੈ MSP ਕਣਕ ਦੇ, ਅਤੇ ਉਹਦੇ ਵੀ ਉਹਦੇ ਤੋਂ ਜਿਹੜੀ ਪੰਜਾਬ 'ਚ ਮੰਨ ਲਓ ਹੁਣ ਮੱਧ ਪ੍ਰਦੇਸ਼ ਤੋਂ ਆਪਣੇ ਇੱਥੇ ਕਣਕ ਆਉਂਦੀ ਹੈ, ਮਹਿੰਗੀ ਆਉਂਦੀ ਹੈ ਔਰਗੈਨਿਕ ਕਰਕੇ, ਜਦੋਂ ਸੈਲਰਾਂ ਦਾ ਸੀਜ਼ਨ ਚੱਲ ਪੈਂਦਾ ਉਦੋਂ ਆਪਣੇ ਕੋਲ ਉੱਥੇ ਚੋਰੀ ਚੁੱਕ ਕੇ ਪੈੜੀ ਆਉਂਦੀ ਹੈ, ਜੀਰੀ ਆਉਂਦੀ ਹੈ, ਝੋਨਾ ਆਉਂਦਾ, ਹੈ ਨਾ। ਕੀ ਹੈ, ਅਗਰ ਮੰਨ ਲਓ ਉੱਥੇ MSP ਸਟਾਰਟ ਹੋਊਗੀ, ਅਗਰ ਉੱਥੇ MSP ਸਟਾਰਟ ਹੋਊਗੀ ਤਾਂ ਫਿਰ ਆਪਣੀਆਂ ਫਸਲਾਂ ਕਿੱਥੇ ਜਾਣਗੀਆਂ? ਮੈਂ ਗੱਲ ਇਹੋ ਕਰ ਵੀ ਆਪਾਂ ਨੂੰ ਮਿਲਣ ਲੱਗ ਰਹੀ ਹੈ, ਆਪਾਂ ਨੂੰ ਸਭ ਤੋਂ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ MSP ਵੀ ਆਪਣੇ ਪੰਜਾਬ ਨੂੰ ਹੀ ਮਿਲੀ ਸੀ, ਅਤੇ ਉਹ ਜਿਹੜੀ ਅੱਜ ਤੱਕ ਕੰਟੀਨਿਊ ਚੱਲਦੀ ਪਈ ਹੈ। ਕਿਸੇ ਨੇ ਉਹਨੂੰ ਛੇੜਿਆ ਨਹੀਂ, ਉਹ ਕਹਿੰਦੇ ਵੀ ਹੁਣ ਇਹਦਾ ਕਾਨੂੰਨ ਬਣਾ ਦਿਓ, ਕਾਨੂੰਨ ਫਿਰ ਇੱਕ ਸਟੇਟ ਲਈ ਨਹੀਂ ਬਣਦਾ, ਉਹ ਪੂਰੇ ਦੇਸ਼ ਲਈ ਬਣਦਾ, ਤਾਂ ਉਹਦੇ 'ਚ ਓਵਰਆਲ ਆਪਾਂ ਨੂੰ ਨੁਕਸਾਨ ਹੋਊਗਾ। ਆਪਾਂ ਕਹਿ ਦਿੰਦੇ ਵੀ ਇੱਕ ਪਿੰਡ ਵਿਰੋਧ ਕਰਦਾ ਹੁੰਦਾ, ਇੱਕ ਜ਼ਿਲ੍ਹਾ ਵਿਰੋਧ ਕਰਦਾ ਹੁੰਦਾ, ਪਰ ਸਾਰੇ ਕਿਤੇ ਵਿਰੋਧ ਕਿਉਂ? ਸਾਰੇ ਕਿੱਥੇ ਕਿੱਥੇ, ਜਿਵੇਂ ਕਿਤੇ ਵੀ BJP ਜਾਂਦੀ ਹੈ, ਕਿਸੇ ਪਾਸੇ ਵੀ ਜਾਂਦੀ ਹੈ, ਉੱਥੇ ਵਿਰੋਧ ਹੁੰਦਾ ਹੀ। ਦੇਖੋ ਵਿਰੋਧ ਹੁਣ 4-5 ਦਿਨ ਪਹਿਲਾਂ ਆਪਣੇ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਵੀ ਹਾਂਜੀ ਅਸੀਂ ਪੋਲੀਟੀਕਲ ਪਾਰਟੀਜ਼ ਦਾ BJP ਦਾ ਆਪਾਂ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ। ਹੁਣ ਇਲੈਕਸ਼ਨ ਕੰਡਕਟ ਲੱਗਿਆ, ਚੋਣ ਜ਼ਾਬਤਾ ਲੱਗਿਆ ਹੋਇਆ, ਤਾਂ ਉਹਦਾ ਕੀ ਮਤਲਬ ਸਮਝਿਆ ਜਾਂਦਾ ਜੀ? ਆਹੀ ਗੱਲ ਹੈ, ਤਰਕ ਦੇ ਨਾਲ ਆਪਾਂ ਗੱਲ ਕਰੀਏ। ਮੈਂ ਹੁਣ ਜਿਹੜਾ ਗੱਲ ਸੁਣੋ, ਮੈਂ ਜੋ ਉਹਨਾਂ ਨੂੰ ਕੁਐਸਚਨ ਪੁੱਛ ਲਿਆ ਵੀ ਹਾਂ ਜੀ ਤੁਸੀਂ ਕਿਸਾਨਾਂ ਦਾ ਜੀਵਨ ਪੱਧਰ ਚੱਕਣ ਵਾਸਤੇ ਤੁਸੀਂ ਕਿੰਨੇ ਲੋਕਾਂ ਦੇ ਫੈਕਟਰੀਆਂ ਲਵਾਈਆਂ ਨੇ, ਪ੍ਰੋਸੈਸਿੰਗ ਯੂਨਿਟ ਲਵਾਏ ਨੇ, ਕਿੰਨਿਆਂ ਨੂੰ ਕੋਲਡ ਸਟੋਰ ਲਵਾਤੇ, ਕਿੰਨਿਆਂ ਦੇ ਇੰਪੋਰਟ ਐਕਸਪੋਰਟ ਦੇ ਲਾਈਸੈਂਸ ਬਣਵਾ ਕੇ, ਜਿਹੜੀ ਆਪਣੀ ਇੱਥੋਂ ਐਕਸਪੋਰਟ ਹੁੰਦੇ ਆ, ਫੁੱਲ ਹੁੰਦੇ ਆ, ਫਰੂਟ ਹੁੰਦਾ, ਜੋ ਵੀ ਆਪਾਂ ਦਾਲਾਂ ਪਲਸੀ ਤਿਆਰ ਕਰ ਸਕਦੇ ਹਾਂ, ਵੀ ਉਹ ਆਪਾਂ ਕਿੰਨੇ ਬੰਦਿਆਂ ਦੇ ਲਾਈਸੈਂਸ ਬਣਵਾ ਕੇ ਦਿੱਤੇ ਵੀ ਜਿਹੜੇ ਐਕਸਪੋਰਟ ਕਰ ਰਹੇ ਹੋਣ ਉਹ, ਅਤੇ ਕਿੰਨਿਆਂ ਦੇ ਆਪਾਂ ਡੈਰੀ ਫਾਰਮ ਸ਼ੁਰੂ ਕਰਵਾਏ ਨੇ,
ਕਿੰਨੇ ਦੀ ਆਪਾਂ ਇਹ ਜਿਹੜੀਆਂ ਫੂਡ ਪ੍ਰੋਸੈਸਿੰਗ ਦੇ ਕਲਸਟਰਸ ਹੈਗੇ ਨੇ 8-8 ਕਿਸਾਨਾਂ ਦੇ 20-20 ਕਿਸਾਨਾਂ ਦੇ, ਕਿੰਨਿਆਂ ਦੇ ਓਪਨ ਕਰਵਾਏ ਨੇ ਵੀ ਉਹ ਵੀ ਸਿਰਫ ਧਰਨੇ ਲਾਉਣ ਨਾਲ ਕਿਸਾਨ ਦਾ ਜੀਵਨ ਉੱਪਰ ਹੋਊਗਾ? ਮੇਰਾ ਇਹ ਸਵਾਲ ਹੈ ਸਾਰੇ ਜਥੇਬੰਦੀਆਂ ਨੂੰ ਵੀ ਤੁਸੀਂ ਆਪਣਾ ਸਵਾਲ ਜਵਾਬ ਲੈ ਕੇ ਆ ਜਿਓ ਤੇ ਅਸੀਂ ਆਪਣਾ ਜਵਾਬ ਲੈ ਲਾਂਗੇ ਜੀ। ਤੁਹਾਨੂੰ ਲੱਗਦਾ ਵੀ ਇਸ ਸਥਿਤੀ ਦੇ ਵਿੱਚੋਂ ਬੀਜੇਪੀ ਪੰਜਾਬ ਦੇ ਵਿੱਚ ਉੱਭਰ ਸਕਦੀ ਹੈ? ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਕਿਸਾਨ ਹੀ ਨੇ, ਬਿਲਕੁਲ ਹੈ ਨਾ। ਚਲੋ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਬੈਠਿਆ ਹੋਇਆ ਵੀ ਸਾਨੂੰ ਇਹ ਚੀਜ਼ ਨਹੀਂ ਮਿਲ ਰਹੀ, ਸਾਨੂੰ ਉਹ ਚੀਜ਼ ਨਹੀਂ ਮਿਲ ਰਹੀ ਜਾਂ ਸਾਨੂੰ ਇਹ ਚੀਜ਼ ਹੋਣੀ ਚਾਹੀਦੀ ਸੀ, ਤੁਸੀਂ ਕਿਵੇਂ ਦੇਖਦੇ ਹੋ ਵੀ ਕਿਵੇਂ ਬੀਜੇਪੀ ਕਿਵੇਂ ਉੱਭਰ ਸਕਦੀ ਹੈ ਇਸ ਚੀਜ਼ ਤੋਂ, ਕਿਵੇਂ ਲੋਕਾਂ ਦੇ ਮਨ ਦੇ ਵਿੱਚ ਆਪਣਾ ਘਰ ਬਣਾ ਸਕਦੀ ਹੈ? ਦੇਖੋ, ਬੀਜੇਪੀ ਨੇ ਮੈਸੇਜ ਹੀ ਪਹੁੰਚਾਉਣਾ ਹੈ। ਹੁਣ ਆਪਣੇ ਪੂਰੇ ਦੇਸ਼ ਦੇ ਵਿੱਚ 6000 ਰੁਪਇਆ ਪਰ ਪ੍ਰਤੀ ਕਿਸਾਨ 2.5 ਏਕੜ ਤੋਂ ਜਾਂ ਘੱਟ ਹੈ ਉਹਨਾਂ ਨੂੰ ਮਿਲਣ ਲੱਗ ਰਿਹਾ ਉਹ ਪ੍ਰਤੀ ਈਅਰ, ਹੈ ਨਾ। ਉਹ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕੀ ਮਿਲ ਨਹੀਂ ਰਿਹਾ? ਡ੍ਰਿਪ ਇਰੀਗੇਸ਼ਨ ਦੇ ਨਾਲ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣਾ ਕਿ ਹਰ ਖੇਤ ਨੂੰ ਪਾਣੀ ਮਿਲੇ, ਹੈ ਨਾ। ਚਾਹੇ ਉੱਥੇ ਮੰਨ ਲਓ ਮੋਟਰ ਨਹੀਂ ਹੈਗੀ, ਨਹਿਰ ਦਾ ਨਹੀਂ ਹੈਗਾ, ਉਹਦੇ ਪਾਈਪਲਾਈਨ ਦੇ ਨਾਲ ਡ੍ਰਿਪ ਇਰੀਗੇਸ਼ਨ ਕਰਵਾਈ ਜਾ ਰਹੀ ਹੈ, ਕੀ ਆਪਣੇ ਪੰਜਾਬ ਦੇ ਕਿਸੇ ਕਿਸਾਨ ਨੇ ਅਪਲਾਈ ਕੀਤਾ ਹੋਵੇ ਅਤੇ ਉਹਨੂੰ ਨਾ ਮਿਲਿਆ ਹੋਵੇ? ਫਿਰ ਆਪਾਂ ਕਹੀਏ ਵੀ ਬੀਜੇਪੀ ਨੇ ਪੱਖਪਾਤ ਕੀਤਾ। ਸਾਰੀਆਂ ਚੀਜ਼ਾਂ ਪਹਿਲਾਂ ਜਿਹੜੀ ਕੋਈ ਪੋਲਿਸੀ ਬਣ ਰਹੀ ਹੈ ਉਹ ਪੰਜਾਬ ਨੂੰ ਹੀ ਮੇਨ ਰੱਖ ਕੇ ਬਣਾਈ ਜਾਂਦੀ ਹੈ ਵੀ ਹਾਂ ਪੰਜਾਬ 'ਚ ਹੀ ਤਾਂ ਇਹ ਚੀਜ਼ਾਂ ਪੈਦਾ ਹੋਣ ਲੱਗ ਰਹੀਆਂ। ਜੇ ਆਪਾਂ ਅੱਜ ਪਾਣੀ ਦੀ ਗੱਲ ਕਰੀਏ, ਸ਼ੋਰਟੇਜ ਪਾਣੀ ਦੀ, ਗਰਾਊਂਡ ਵਾਟਰ ਦੀ, ਉਹ ਹੈ ਵੀ ਪੰਜਾਬ ਨੂੰ ਹੈ। ਆ ਮਾਲਵਾ ਜ਼ੋਨ ਸਾਰਾ ਹੀ ਰੈੱਡ ਜ਼ੋਨ, ਡਾਰਕ ਰੈੱਡ ਜ਼ੋਨ ਦੇ ਵਿੱਚ ਆਇਆ ਹੋਇਆ। ਵੀ ਆਪਾਂ ਗੱਲ ਇਹ ਕਰਦੇ ਵੀ ਜੇ ਉਹ ਤਰੀਕੇ 'ਚੋਂ ਨਾ ਆਪਾਂ ਬਾਹਰ ਆਏ ਤਾਂ 5-10 ਸਾਲਾਂ ਤੱਕ ਆਪਣੀਆਂ ਸਾਰੀਆਂ ਸਿਸਟਮ ਹੀ ਥੱਲੇ ਬੰਜਰ ਹੋ ਜੂਗਾ। ਆ ਕਿਵੇਂ ਸਕਦੇ ਹਾਂ ਆਪਾਂ, ਬੀਜੇਪੀ ਆ ਕਿਵੇਂ ਸਕਦੀ ਆ? ਆਊਗੀ, ਲੋਕ ਲੈ ਕੇ ਆਉਣਗੇ, ਕਿਸਾਨ ਹੀ ਲੈ ਕੇ ਆਉਣਗੇ। ਉਹ ਕਿਵੇਂ? ਕਿਸਾਨਾਂ ਨੂੰ ਜਦੋਂ ਇਹ ਪੋਲਿਸੀਆਂ ਜਿਹੜੀਆਂ ਮੋਦੀ ਦੀਆਂ ਯੋਜਨਾਵਾਂ ਹੈਗੀਆਂ ਨੇ ਜਦੋਂ ਇਹ ਪਹੁੰਚਣਗੀਆਂ ਤਾਂ ਹੀ ਕਿਸਾਨ ਐਕਸੈਪਟ ਕਰਨਗੇ। ਪਹੁੰਚਾਊ ਕੌਣ? ਅਸੀਂ ਪਹੁੰਚਾਵਾਂਗੇ। ਜਿਵੇਂ ਹੁਣ ਤੁਹਾਨੂੰ, ਜਿਵੇਂ ਹੁਣ ਪਿਛਲਾ ਇਲੈਕਸ਼ਨ ਆਇਆ, ਪਿਛਲੇ ਇਲੈਕਸ਼ਨ 'ਚ ਵੀ ਇਹਨਾਂ ਨੇ ਝੰਡਾ ਚੱਕ ਲਿਆ ਵੀ ਅਸੀਂ ਤਾਂ ਇਹਨਾਂ ਨੂੰ ਵੜਨ ਨਹੀਂ ਦੇਣਾ। ਉਹ ਵੜਨ ਕਿਉਂ ਨਹੀਂ ਦੇ ਰਹੇ? ਸਾਰੀ ਪੈਸੇ ਦੀ ਗੇਮ ਇਹ, ਸਾਰਿਆਂ ਨੂੰ ਪੈਸਾ ਬਣਨ ਲੱਗ ਰਿਹਾ। ਹੁਣ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਤਾ ਚੱਲ ਗਿਆ ਇਹ ਚੀਜ਼ਾਂ ਦਾ ਵੀ ਯਾਰ ਦਿੱਲੀ ਉਦੋਂ ਧਰਨਾ ਚੱਲਿਆ ਉਦੋਂ ਇਹਨਾਂ ਨੇ ਕੀ ਬਣਾਏ, ਜਿਹੜੇ ਯੂਨੀਅਨਾਂ ਦੇ ਲੀਡਰ ਹੈਗੇ ਨੇ ਉਹਨਾਂ ਨੇ ਵੱਡੇ ਵੱਡੇ ਘਰ ਬਣਾ ਲਏ, ਆਪਣੇ ਜ਼ਮੀਨਾਂ ਜਾਇਦਾਦਾਂ ਪਲੋਟ ਲੈ ਲਏ। ਹੁਣ ਉਹਨਾਂ ਨੂੰ ਲੋਕਲ ਕਿਸਾਨਾਂ ਨੂੰ ਪਤਾ ਲੱਗਿਆ ਵੀ ਐਵੇਂ ਉੱਪਰ ਤੱਕ ਉੱਪਰ ਇੱਦਾਂ ਹੀ ਹੋਣ ਲੱਗ ਰਿਹਾ। ਉਹੀ ਚੀਜ਼ ਹੈਗੀ ਆ, ਯਾਨੀ ਕਿ ਮਤਲਬ ਵੀ ਤੁਸੀਂ ਹੁਣ ਕਿਸਾਨ ਸਾਰੀਆਂ ਪਾਰਟੀਆਂ ਦੇਖ ਲਈਆਂ, ਦੇਖੋ ਪਿੰਡਾਂ 'ਚ, ਹਾਂਜੀ, ਕਾਂਗਰਸ ਵੀ ਦੇਖ ਲਈ, ਆਮ ਆਦਮੀ ਪਾਰਟੀ ਵੀ ਦੇਖ ਲਈ ਅਤੇ ਅਕਾਲੀ ਦਲ ਵੀ ਦੇਖ ਲਈ, ਰਹਿ ਗਈ ਹੁਣ ਬੀਜੇਪੀ। ਤਾਂ ਹੁਣ ਬੀਜੇਪੀ ਨੂੰ ਮੌਕਾ ਦੇਣਗੇ? ਲੋਕਾਂ ਨੇ ਐਕਚੁਅਲ ਦੇ ਵਿੱਚ ਬੜਾ ਨੁਕਸਾਨ ਕਰਵਾ ਲਿਆ, ਉਹਦੇ ਨਾਲ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ, ਪੂਰੇ ਪੰਜਾਬ ਦਾ ਨੁਕਸਾਨ ਹੋ ਰਿਹਾ, ਇੰਡਸਟਰੀ ਦਾ ਨੁਕਸਾਨ ਹੋ ਰਿਹਾ। ਜਿਹੜੀ ਆਪਣੇ ਪੰਜਾਬ ਦੀ ਇਮੇਜ ਹੈ ਉਹ ਜੋ ਅੱਜ ਤੋਂ 10-15 ਸਾਲ ਪਹਿਲਾਂ ਕਲਕੱਤਾ ਵੈਸਟ ਬੰਗਾਲ ਦੀ ਬਣ ਗਈ ਸੀ ਨਾ, ਵੀ ਉੱਥੋਂ ਸਾਰੀਆਂ ਇੰਡਸਟਰੀਆਂ ਭੱਜ ਗਈਆਂ ਸੀ, ਆਪਣੀ ਇਮੇਜ ਵੀ ਉਹੀ ਬਣਦੀ ਪਈ ਹੈ। ਆਪਣਾ ਜਿਹੜਾ ਯੂਥ ਹੈ, ਪੜ੍ਹਿਆ ਲਿਖਿਆ ਯੂਥ, ਇੱਥੋਂ ਪੜ੍ਹ ਕੇ, ਹੈ ਨਾ, ਮਾਂ ਬਾਪ ਲਾੜਨ ਪਿਆਰ ਨਾਲ ਪੜ੍ਹਾਉਂਦਾ, ਚੰਗੇ ਸਕੂਲਾਂ 'ਚ ਪੜ੍ਹਾਉਂਦਾ, ਉਹ ਕੰਮ ਕੀ ਕਰਨ ਲੱਗ ਰਿਹਾ? ਇੱਥੋਂ ਪੈਸਾ ਇਕੱਠਾ ਕਰਕੇ ਪੂਰੀ ਜ਼ਿੰਦਗੀ ਦਾ ਜਾਂ ਜ਼ਮੀਨ ਗਹਿਣੇ ਰੱਖ ਕੇ ਬਾਹਰ ਜਾ ਰਿਹਾ, ਬਾਹਰ ਜਾ ਕੇ ਅੱਗੇ ਦੂਜੇ ਦੇਸ਼ ਨੂੰ, ਬੇਗਾਨੇ ਦੇਸ਼ ਦੀ ਤਰੱਕੀ ਦੇ ਵਿੱਚ ਆਪਦਾ ਯੋਗਦਾਨ ਪਾਉਣ ਲੱਗ ਰਿਹਾ, ਚਾਹੇ ਉਹ ਲੇਬਰ ਕਰ ਰਿਹਾ, ਕੁਛ ਵੀ ਕਰ ਰਿਹਾ ਉਹ। ਅਤੇ ਉਹੀ ਚੀਜ਼ ਅਗਰ ਮਤਲਬ ਆਪਾਂ ਭਾਰਤ ਦੇ ਵਿੱਚ ਕਰ ਲਈਏ, ਮੰਨ ਲਓ ਇੱਕ ਐਵਰੇਜ ਬੱਚਾ 20-25 ਲੱਖ ਰੁਪਇਆ ਲਾ ਕੇ ਫੋਰਨ ਜਾਂਦਾ, ਉਹ ਇੱਥੇ 10 ਲੱਖ ਰੁਪਇਆ ਲਗਾ ਕੇ 50 ਲੱਖ ਰੁਪਏ ਦੀ ਫੈਕਟਰੀ ਬਣਾ ਸਕਦਾ, ਪਿੰਡ ਦੇ ਵਿੱਚ ਬਣਾ ਸਕਦਾ। ਸਕਿੱਲ ਡਿਵੈਲਪਮੈਂਟ ਦੇ ਕੋਰਸ ਹੈਗੇ ਨੇ, ਆਪਾਂ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰੋ, MSME ਤੋਂ ਆਪਣੇ ਆਪ ਨੂੰ ਸਰਟੀਫਾਈ ਕਰੋ, ਫ੍ਰੀ ਆਫ ਕੋਸਟ ਬਣ ਜਾਂਦਾ 100-200 ਰੁਪਏ ਦੇ ਵਿੱਚ।
ਉਹਨੂੰ 50 ਲੱਖ ਰੁਪਏ ਤੱਕ ਦਾ ਬਿਨਾਂ ਕਿਸੇ ਗਰੰਟੀ ਤੋਂ, ਕੋਈ ਆਪਾਂ ਜ਼ਮੀਨ ਨਹੀਂ ਗਹਿਣੇ ਰੱਖਣੀ, ਕੋਈ ਮਕਾਨ ਨਹੀਂ ਗਹਿਣੇ ਰੱਖਣਾ, ਆਪਾਂ ਨੂੰ ਲੋਨ ਮਿਲੂਗਾ। ਉਹ 'ਚ ਆਪਾਂ 10 ਕੁ ਲੱਖ ਰੁਪਇਆ 20-25% ਆਪਦਾ ਪਾਉਣਾ, ਬਾਕੀ ਸਰਕਾਰ ਨੇ ਦੇ ਦਿੱਤਾ। ਨਾਲ ਹੀ ਸਬਸਿਡੀ ਹੈ, 25% ਉਹਨੂੰ ਸਬਸਿਡੀ ਵੀ ਮਿਲੂਗੀ। ਅਗਰ ਕੋਈ SC ਜਾਤੀ ਦਾ ਜਾਂ ਆਪਣੀ ਕੋਈ ਭੈਣ ਕਰਨਾ ਚਾਹੁੰਦੀ ਹੈ, ਲੇਡੀਜ਼ ਕਰਨਾ ਚਾਹੁੰਦੀ, ਉਹਨੂੰ 33% ਸਬਸਿਡੀ ਹੈ। ਉਹ 'ਚ ਕੰਮ ਕਰੂਗਾ, ਨਾਲ ਆਪਦੇ ਪਿੰਡ ਦੇ ਲੋਕਾਂ ਨੂੰ 5-4 ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦਊਗਾ, ਤਾਂ ਪੰਜਾਬ ਟੈਕਸ ਵੀ ਆਊਗਾ ਪੰਜਾਬ ਨੂੰ, ਫਿਰ ਪੰਜਾਬ ਅੱਗੇ ਰਾਹ ਪੈ ਸਕਦਾ। ਜੇ ਆਪਾਂ ਹੀ ਜਿਹੜਾ ਹੁਣ ਅੱਜ ਦਾ ਮਾਹੌਲ ਚੱਲਦਾ ਪਿਆ, ਜੇ ਐਂ ਚੱਲੀ ਗਏ ਤਾਂ ਗੈਂਗਸਟਰਵਾਦ ਤੁਹਾਨੂੰ ਪਤਾ ਕਿਵੇਂ ਵਧਿਆ ਹੋਇਆ, ਹੈ ਨਾ, ਨਸ਼ਾ ਕਿਵੇਂ, ਫਿਰ ਆਪਾਂ ਆਹ ਚੀਜ਼ਾਂ 'ਤੇ ਠੱਲ ਨਹੀਂ ਪਾ ਸਕਦੇ। ਪੰਜਾਬ ਦੀਆਂ ਪਾਰਟੀਆਂ ਦੇ ਨਾਲੋਂ ਜ਼ਿਆਦਾ ਵਧੀਆ ਤੁਸੀਂ BJP ਨੂੰ ਦੇਖ ਰਹੇ ਹੋ? ਬਿਲਕੁਲ ਜੀ। ਫਿਰ BJP ਹੁਣ ਪੰਜਾਬ ਦੇ ਵਿੱਚ ਜਿਹੜੇ ਆ ਪਾਰਟੀਆਂ ਪੁਰਾਣੀਆਂ ਦੇ ਲੀਡਰਾਂ ਨੂੰ ਇਹ ਆਪਣੇ ਵਿੱਚ ਸ਼ਾਮਿਲ ਕਰ ਰਹੀ ਹੈ, ਫਿਰ ਜੇ ਆਪਾਂ ਗੱਲ ਕਰੀਏ ਫਿਰ ਤਾਂ ਜੇ ਉਹ ਭ੍ਰਿਸ਼ਟਾਚਾਰ ਕਰਦੇ ਨੇ ਤਾਂ ਹੁਣ ਉਹੀ ਲੀਡਰ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ? ਨਹੀਂ, ਦੇਖੋ, ਜਿਹਦੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਲੱਗੇ ਹੋਏ ਨੇ ਜਾਂ ਕੋਈ ਉਹਨੂੰ ਮੰਨ ਲਓ ਕੋਰਟ ਵੱਲੋਂ ਸਜ਼ਾ ਹੈ, ਇੱਦਾਂ ਦਾ ਕੋਈ ਵੀ ਲੀਡਰ ਆਪਾਂ ਜੁਆਇਨ ਨਹੀਂ ਕਰਾਇਆ ਪਾਰਟੀ ਦੇ ਵਿੱਚ। ਹਾਂਜੀ, ਉਵੇਂ ਤਾਂ ਉਵੇਂ ਅਸੀਂ ਗੱਲ ਨਹੀਂ ਕਰ ਰਹੇ ਵੀ ਜਿਵੇਂ ਆਪਾਂ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਾਂ ਉਹ ਲੀਡਰਾਂ ਨੇ ਕੁਛ ਨਹੀਂ ਕੀਤਾ, ਨਹੀਂ ਕੁਛ ਕੀਤਾ, ਪਰ ਉਹੀ ਲੀਡਰ ਹੁਣ ਸ਼ਾਮਿਲ ਤਾਂ ਹੋ ਰਹੇ ਨੇ? ਨਹੀਂ, ਗੱਲ ਐਵੇਂ, ਦੇਖੋ, ਪਾਰਟੀ ਕੀ ਆ? ਪਾਰਟੀ ਇੱਕ ਲੀਡਰਸ ਦੀ ਪਾਰਟੀ ਆ, ਇੱਕ ਪਾਰਟੀ ਇੱਕ ਬੰਦੇ ਦੀ ਪਾਰਟੀ ਨਹੀਂ ਹੁੰਦੀ। ਹੁਣ ਉਹ 'ਚ 5 ਉਂਗਲਾਂ ਨੇ, 5 ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਕੋਈ ਬੰਦਾ ਹੈਗਾ ਜਿਹਦੀ ਇੱਛਾ ਯਾਰ ਮੋਦੀ ਜੀ ਨੂੰ ਦੇਖ ਕੇ ਦੁਨੀਆ ਉਹ ਕਰਨ ਲੱਗ ਰਹੀ ਹੈ, ਆਪਦੇ ਦੇਸ਼ ਨੂੰ ਪਿਆਰ ਕਰਨ ਲੱਗ ਗਈ, ਤਾਂ ਉਹਨਾਂ ਨੂੰ ਵੀ ਐਂ ਵੀ ਯਾਰ ਆਪਾਂ ਵੀ ਇੱਧਰ ਜਾ ਕੇ ਰਾਸ਼ਟਰ ਸੇਵਾ ਕਰ ਲਈਏ, ਵੀ ਰਾਜਨੀਤੀ ਹੁਣ ਬੜੇ ਸਾਲ ਕਰ ਲਈ ਵੀ ਹੁਣ ਆਪਾਂ ਰਾਸ਼ਟਰ ਸੇਵਾ ਕਰ ਲਈਏ। ਜਿਹੜੇ ਖੁੱਲ੍ਹੇ ਦਿਲ ਲੈ ਕੇ ਆਉਣ ਲੱਗ ਰਹੇ ਨਾ BJP, ਉਹਨਾਂ ਨੂੰ ਉੱਦਾਂ ਹੀ ਅਡੋਪਟ ਕਰੀ ਜਾਂਦੀ ਹੈ ਜੀ। ਸੰਗਰੂਰ ਦਾ ਕਿਵੇਂ ਦਾ ਹਾਲ ਆ? ਸੰਗਰੂਰ ਤੋਂ ਤੁਸੀਂ ਬਿਲੋਂਗ ਕਰਦੇ ਹੋ, ਸੰਗਰੂਰ ਦੇ ਵਿੱਚ ਹੁਣ BJP ਦਾ ਕਿਵੇਂ ਹਾਲ ਆ? ਸੰਗਰੂਰ 'ਚ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਕਿਹੜੇ ਉਮੀਦਵਾਰ ਦੀ ਹੋ ਸਕਦਾ ਕੋਈ ਉਮੀਦਵਾਰ? ਦੇਖੋ, BJP ਦੇ ਵਿੱਚ ਇੱਦਾਂ ਕੁਛ ਵੀ ਕਹਿਣਾ ਮਤਲਬ ਸਹੀ ਨਹੀਂ ਹੈ ਨਾ, ਆਪਾਂ ਕਹਿ ਸਕਦੇ 5-6 ਲੋਕਾਂ ਦੇ ਨਾਮ ਗਏ ਹੋਏ ਨੇ, ਉਹ 'ਚ ਜਿਹਨੂੰ ਵੀ ਪਾਰਟੀ ਮਤਲਬ ਉਹ ਕਰੂਗੀ, ਮੌਕਾ ਦਊਗੀ ਅਗਲਾ, ਉੱਦਾਂ ਹੀ ਉਹਨਾਂ ਨੇ ਕੰਮ ਸ਼ੁਰੂ ਕਰ ਦੇਣਾ। ਲੱਗਦਾ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚ BJP ਛਾ ਸਕਦੀ ਹੈ? ਦੇਖੋ, ਇਹ ਪੰਜਾਬ ਤੇ ਖੜੇ ਨੇ ਉੱਥੋਂ। ਬਿਲਕੁਲ ਜੀ, ਇਹ ਪੰਜਾਬ ਲਈ ਤਾਂ ਹੈਗਾ ਵੀ ਬਿਲਕੁਲ ਵੀ ਆਮ ਆਦਮੀ ਪਾਰਟੀ ਦਾ ਗੜ੍ਹ ਹੈ, ਪਰ ਜੇ ਤੁਸੀਂ ਉੱਥੇ ਜਾ ਕੇ ਦੇਖੋਗੇ ਆਮ ਆਦਮੀ ਦੇ ਚੱਕਰ 'ਚ ਜਾਂ ਭਗਵੰਤ ਮਾਨ ਸਾਹਿਬ ਦੇ ਚੱਕਰ 'ਚ, ਸਾਡੇ ਸੰਗਰੂਰ ਦੇ 10 ਸਾਲ ਖਰਾਬ ਹੋ ਗਏ। ਪਹਿਲਾਂ 8 ਸਾਲ ਭਗਵੰਤ ਮਾਨ ਸਾਹਿਬ ਕਰਕੇ, 2 ਸਾਲ ਹੁਣ ਸਿਮਰਨਜੀਤ ਮਾਨ ਜੀ ਕਰਕੇ। ਸਿਮਰਨਜੀਤ ਮਾਨ ਨੂੰ ਸਿਰਫ ਜਿਤਾਉਣ ਦਾ ਇੱਕੋ ਇੱਕ ਕਾਰਨ ਸੀ, ਪਹਿਲਾਂ 18-20-25 ਹਜ਼ਾਰ ਵੋਟ ਲੈ ਕੇ ਜਾਂਦੇ ਰਹੇ ਨੇ ਕਿਸੇ, ਸਿਰਫ ਇਹਨਾਂ ਦਾ ਇੱਕੋ ਹੀ ਕਾਰਨ ਹੈਗਾ ਸੀ ਵੀ ਉਦੋਂ ਮੂਸੇਵਾਲ ਸਾਹਿਬ ਦਾ ਡੈਥ ਹੋ ਗਈ ਸੀ, ਉਹਨਾਂ ਦਾ ਮਰਡਰ ਹੋ ਗਿਆ, ਅਤੇ ਦੂਜਾ ਮਤਲਬ ਉਹੀ ਚੀਜ਼ ਸੋਸ਼ਲ ਮੀਡੀਆ 'ਤੇ ਆ ਗਈ, ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ 'ਤੇ ਜਾਂ ਆਮ ਆਦਮੀ ਪਾਰਟੀ 'ਤੇ ਲੋਕਾਂ ਦਾ ਵਿਸ਼ਵਾਸ ਜਾਂ ਉਹਨਾਂ ਦਾ ਨਫ਼ਰਤ ਇੰਨੀ ਕਰਨ ਲੱਗ ਗਏ ਵੀ ਆਪਾਂ ਇਹਨਾਂ ਨੂੰ ਇੱਕ ਵਾਰ ਹਰਾਈਏ ਨਹੀਂ, ਇਹਨਾਂ ਦਾ ਹੰਕਾਰ, ਕਿਉਂਕਿ 92 ਸੀਟਾਂ ਆਉਣ ਤੋਂ ਬਾਅਦ ਉਹਨਾਂ 'ਚ ਵਾਕਈ ਹੰਕਾਰ ਵੀ ਬਹੁਤ ਆਇਆ ਹੋਇਆ, ਤਾਂ ਉਹ ਚੀਜ਼ ਕਰਕੇ ਉਹਨਾਂ ਨੂੰ ਕੋਈ ਉਹਨਾਂ ਨੇ ਆਈਡੀਓਲੋਜੀ ਨਹੀਂ ਦੇਖੀ, ਕਿਉਂਕਿ ਪੰਜਾਬ ਦੇ ਵਿੱਚ ਇੱਕੋ ਇੱਕ ਨੇ ਲੀਡਰ ਹੈਗੇ ਨੇ ਜਿਹੜੇ ਹਿੰਦੂ ਸਿੱਖ ਕਰਦੇ ਨੇ, ਸਿਮਰਨਜੀਤ ਮਾਨ, ਉਹਨਾਂ ਤੋਂ ਬਿਨਾਂ ਪੰਜਾਬ 'ਚ ਕੋਈ ਵੀ ਲੀਡਰ, ਸਾਰੇ ਸਾਂਝੀ ਆਪਸੀ ਭਾਈਚਾਰੇ ਦੀ, ਸਾਂਝੀ ਵਾਕਤਾ ਦੀ ਗੱਲ ਕਰਦੇ ਨੇ। ਹੋਰ ਇਹਨਾਂ 'ਚੋਂ ਮਤਲਬ ਇਕੱਲੇ ਮਾਨ ਸਾਹਿਬ ਹੀ ਨੇ ਜਿਨ੍ਹਾਂ ਨੇ ਮਤਲਬ ਫਿੱਕ ਪਵਾਉਣ ਦਾ ਜਾਂ ਕੁਛ ਉਹ ਕਰਨ ਦਾ, ਇਹਨਾਂ ਨੇ ਸ਼ੁਰੂ ਤੋਂ ਇਹੀ ਕੰਮ ਹੈ, ਇਹਨਾਂ ਦੀ ਆਈਡੀਓਲੋਜੀ ਉਹੋ ਆ, ਅਤੇ ਉਹ ਵੀ ਲੋਕਾਂ ਨੇ ਉਦੋਂ ਅਸੈਪਟ ਕਰ ਲਈ, ਪਰ ਇਸ ਵਾਰ ਉਹਨਾਂ ਦੀ ਇੱਦਾਂ ਇਹ ਆਈਡੀਓਲੋਜੀ ਨਹੀਂ ਚੱਲੂਗੀ। ਮੀਤ ਹੇਅਰ ਫਿਰ ਮੀਤ ਹੇਅਰ ਵਧੀਆ ਮੰਤਰੀ ਬਣੇ ਨੇ, 2.5 ਸਾਲਾਂ ਦੇ ਵਿੱਚ ਆਪਣੇ ਪਰਫੋਰਮੈਂਸ ਦੱਸਣ, ਉਹ ਵੀ ਮੈਂ ਕੀ ਕੀਤਾ, ਆਪਦੀ ਪਰਫੋਰਮੈਂਸ ਦੱਸ ਦੇਣਗੇ। ਮੀਤ ਹੇਅਰ ਤਾਂ ਉਹ ਮੰਤਰੀ ਨੇ ਜਦੋਂ ਪੰਜਾਬ ਦੀ ਐਜੂਕੇਸ਼ਨ ਨੂੰ ਪੂਰੇ ਇੰਡੀਆ ਦੇ ਨੈਸ਼ਨਲ ਅਹੁਦੇ 'ਚੋਂ ਦੂਜੇ ਨੰਬਰ 'ਤੇ ਰੱਖਿਆ ਗਿਆ ਵੀ ਹਾਂ ਸੈਕਿੰਡ ਨੰਬਰ, ਤਾਂ ਮੀਤ ਹੇਅਰ ਨੇ ਬਿਆਨ ਦਿੱਤਾ, ਨਹੀਂ ਨਹੀਂ ਜੀ,
ਦਿੱਲੀ ਦੇ ਮਾਡਲ ਨੂੰ 12ਵਾਂ ਨੰਬਰ ਮਿਲਿਆ ਤਾਂ ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਕਹਿੰਦੇ ਹਲੇ ਦੂਜੇ ਨੰਬਰ 'ਤੇ ਆਵਾਂਗੇ ਉਹ ਵੀ ਅਗਲੇ ਸਾਲ ਬਾਅਦ ਪਹਿਲੇ ਨੰਬਰ 'ਤੇ ਪਹਿਲਾਂ ਦਿੱਲੀ ਨੂੰ ਆ ਜਾਣ ਦਿਉ। ਮਤਲਬ ਉਹਨਾਂ ਨੂੰ ਪੰਜਾਬ ਦਾ ਜਿਹੜਾ ਮਾਣ ਮਿਲ ਰਿਹਾ ਸੀ ਉਹ ਹਜ਼ਮ ਨਹੀਂ ਹੋਇਆ ਵੀ ਇੱਦਾਂ ਕਿੱਦਾਂ ਆ ਗਿਆ। ਅਤੇ ਆਪਾਂ ਨੇ ਉਹਨਾਂ ਦੇ ਐਜੂਕੇਸ਼ਨ ਮਾਡਲ ਨੂੰ ਦੇਖਿਆ ਨਹੀਂ, ਉਹ ਨਹੀਂ ਕਰਿਆ, ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਐਡ ਦੇਖ ਕੇ ਉਹਨੂੰ ਅਸੈਪਟ ਕਰ ਬੈਠੇ ਆਪਾਂ। ਜਿਵੇਂ ਹੁਣ ਬੀਜੇਪੀ ਦੇ ਵਿੱਚ ਆਪਣੇ ਪੰਜਾਬ ਦੇ ਕਈ ਲੀਡਰ ਸ਼ਾਮਲ ਹੋਏ ਨੇ, ਕਈ ਵਰਕਰ ਸ਼ਾਮਲ ਹੋਏ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਕੀਤੇ ਗਏ ਸੀ ਵੀ ਖਰੀਦ ਦਾ ਜਿਹੜਾ ਦੌਰ ਚੱਲ ਰਿਹਾ ਵੀ ਫੋਨ ਆਉਂਦੇ ਨੇ 40 ਤੋਂ 50 ਕਰੋੜ ਰੁਪਈਆ ਤੁਹਾਨੂੰ ਦੇ ਦਿੱਤਾ ਜਾਵੇਗਾ, ਇੱਕ ਪਾਸੇ ਬਿਆਨ ਇਹ ਵੀ ਆ ਜਾਂਦਾ ਅਤੇ ਇੱਕ ਪਾਸੇ ਲੀਡਰ ਵਿੱਚ ਸ਼ਾਮਲ ਵੀ ਹੋ ਜਾਂਦੇ ਨੇ ਅਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਨੇ। ਲੱਗਦਾ ਹੈ ਵੀ ਬੀਜੇਪੀ ਇੱਕ ਤਾਂ ਭਾਰਤ ਦੇ ਵਿੱਚ ਸਰਕਾਰ ਬਣਾਈ ਬੈਠੀ ਆ, ਵੀ ਕੁਛ ਕੁ ਲੋਕਾਂ ਨੂੰ ਲਾਲਚ ਹੋਊਗਾ ਵੀ ਤਾਂ ਬੀਜੇਪੀ ਦੇ ਵਿੱਚ ਆ ਰਹੇ ਨੇ? ਦੇਖੋ, ਪੈਸੇ ਦਾ ਕੋਈ ਲਾਲਚ ਨਹੀਂ ਹੈਗਾ। ਹੁਣ ਜਿਹੜੇ ਰਿੰਕੂ ਜੀ ਨੇ, ਰਿੰਕੂ ਜੀ ਨੂੰ ਉੱਧਰੋਂ ਟਿਕਟ ਮਿਲ ਗਈ, ਮੌਜੂਦਾ MP ਹੈਗੇ ਨੇ ਜਲੰਧਰ ਤੋਂ, ਆਮ ਆਦਮੀ ਪਾਰਟੀ ਤੋਂ ਟਿਕਟ ਵੀ ਮਿਲ ਚੁੱਕੀ, ਉਹ ਜੇ ਆਪਦੀ ਉਹ ਟਿਕਟ ਛੱਡ ਕੇ ਬੀਜੇਪੀ 'ਚ ਆਏ ਨੇ ਤਾਂ ਉਹਦਾ ਕਾਰਨ ਸਿਰਫ ਹੈਗਾ ਮੋਦੀ ਜੀ। ਉਹਨਾਂ ਨੇ ਦੇਖਿਆ ਵੀ ਹਾਂ ਸਾਡਾ ਜਿਹੜੀ ਲੀਡਰਸ਼ਿਪ ਹੈਗੀ ਹੈ, ਸੈਂਟਰਲ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਉਹ ਜੇਲ੍ਹਾਂ 'ਚ ਬੈਠੀ ਹੈ ਸ਼ਰਾਬ ਦੀ ਪੋਲਿਸੀ 'ਚ। ਬਿਲਕੁਲ ਨੀਟ ਐਂਡ ਕਲੀਅਰ, ਅਗਰ ਕਿਸੇ ਆਪਾਂ ਲੇਮੈਨ ਨੂੰ, ਅਨਪੜ੍ਹ ਆਦਮੀ ਨੂੰ ਵੀ ਉਹ ਦਿਖਾ ਦਾਂਗੇ ਨਾ, ਉਹ ਵੀ ਕਹੂਗਾ ਵੀ ਬਈ ਇਹ ਤਾਂ ਚੋਰ ਹੈ, ਕਲੀਅਰ ਉਹ ਵੀ ਹੈ ਬੋਲਣਗੇ ਵੀ ਇਹਨਾਂ ਨੇ ਤਾਂ ਸਾਰੀ ਚੋਰ ਨੇ ਇਹ। ਫਿਰ ਉਹੀ ਪੋਲਿਸੀ ਆਪਣੇ ਪੰਜਾਬ 'ਚ ਚੱਲਦੀ ਪਈ ਆ, ਸਾਰਿਆਂ ਨੂੰ ਪਤਾ ਵੀ ਇੱਕ ਨਾ ਇੱਕ ਦਿਨ ਇੱਦਾਂ ਹੋਊਗਾ। ਹੁਣ ਆਪਣੇ ਐਕਸਾਈਜ਼ ਜਿਹੜੇ ਕਮਿਸ਼ਨਰ ਹੈਗੇ ਸੀ ਉਹਨਾਂ ਨੂੰ ਸਮਨਿੰਗ ਆ ਗਈ ED ਦੀ, ਕਿਉਂਕਿ ਜਦੋਂ ਸੇਮ ਪੋਲਿਸੀ ਉਹੀ ਠੇਕੇਦਾਰ ਨੇ ਇੱਕ ਸਾਲ ਉਹੀ ਕੰਮ ਕੀਤਾ, ਜਦੋਂ ਦਿੱਲੀ ਦੀ ਬੰਦ ਹੋ ਗਈ ਪੰਜਾਬ ਦੇ ਵਿੱਚ ਤਾਂ ਇੱਕ ਸਾਲ ਬਾਅਦ ਉਹ 'ਚ ਚੇਂਜਿਸ ਲਿਆਉਂਦੀਆਂ ਨੇ ਥੋੜ੍ਹੀਆਂ ਜਿਹੀਆਂ, ਤਾਂ ਉਹ ਸਾਰੇ ਇਨਸਕਿਓਰ ਫੀਲ ਕਰਦੇ ਨੇ। ਉਹਨਾਂ ਨੇ ਫਿਰ ਇੱਕ ਮੋਦੀ ਜੀ ਦਾ ਵੀ ਜਿਹੜੀਆਂ ਕਮਿਟਮੈਂਟਾਂ ਮੈਂ ਕੀਤੀਆਂ ਸੀ ਜਲੰਧਰ ਦੀ ਜਨਤਾ ਨੂੰ ਉਹ ਪੂਰੀਆਂ ਕੌਣ ਕਰ ਰਹੇ ਨੇ? ਚਾਹੇ ਉਹਨਾਂ ਦੇ ਟ੍ਰੇਨ ਦਾ ਇਸ਼ੂ ਹੈਗਾ ਸੀ, ਜੋ ਵੀ ਉਹਨਾਂ ਨੇ ਮਸਲੇ ਦੱਸੇ ਆਪਦੇ ਲੋਕਲ, ਉਹ ਸਾਰੇ ਕਹਿੰਦੇ ਪੂਰੇ ਮੋਦੀ ਜੀ ਨੇ ਕੀਤੇ, ਵੀ ਸਟੇਟ 'ਚ ਸਾਡੀ ਗੌਰਮੈਂਟ ਆ ਉਹ ਕੁਛ ਕਰ ਹੀ ਨਹੀਂ ਪਾਈ। ਲੇਡੀਜ਼ ਦੀ ਗੱਲ ਕਰੀ ਵੀ ਲੇਡੀਜ਼ ਨੂੰ 1000 ਰੁਪਇਆ ਦੇਣਾ ਸੀ, ਦੇਖੋ ਆਮ ਆਦਮੀ ਪਾਰਟੀ ਦੀ ਪੋਲਿਸੀ ਕੀ ਆ ਵੀ ਅਸੀਂ ਲੇਡੀਜ਼ ਨੂੰ 1000 ਰੁਪਇਆ ਦੇਵਾਂਗੇ, ਅਤੇ ਆਪਣੇ ਮਾਤਾ ਲੇਡੀਜ਼ ਨੂੰ ਕਿਹਾ ਲਕਸ਼ਮੀ ਜਾਂਦਾ, ਕਿਹਾ ਲਕਸ਼ਮੀ ਜਾਂਦਾ, ਉਹਨਾਂ ਨੂੰ ਮੋਦੀ ਸਾਹਿਬ ਨੇ ਕੀ ਕੀਤਾ ਵੀ ਤੁਸੀਂ ਇੰਪਾਵਰ ਹੋ, ਉਹਨਾਂ ਨੂੰ ਨਾਰੀ ਸ਼ਕਤੀ ਦਾ ਮਤਲਬ ਇੱਕ ਸਲੋਗਨ ਕਹਿ ਲਓ ਜਾਂ ਇੱਕ ਖਿਤਾਬ ਦਿੱਤਾ। ਉਹਨਾਂ ਨੂੰ ਟੈਕਸਟਾਈਲ ਇੰਡਸਟਰੀ ਆ, ਉਹਦੇ 'ਚ ਆਪਾਂ ਸਿਲਾਈ ਕਢਾਈ ਬੁਣਾਈ ਦਰੀਆਂ ਇਹ ਸਾਰੀਆਂ ਇੰਟਰਨੈਸ਼ਨਲ ਐਕਸਪੋਰਟ ਹੋਣ ਲੱਗ ਰਹੀਆਂ ਨੇ, ਮਤਲਬ ਇਹ ਟੈਕਸਟਾਈਲ ਦੀ ਗੱਲ ਕਰਦਾ ਪਿਆ। ਫਿਰ ਆ ਗਿਆ ਪਾਪੜ ਮੇਕਿੰਗ, ਬਿੰਦੀ ਮੇਕਿੰਗ, ਆ ਧੂਫ ਬੱਤੀਆਂ ਬਣਾਉਣਾ, ਉਹਨਾਂ ਦੇ ਪ੍ਰੋਜੈਕਟ ਇਹ ਵੀ ਗਰੁੱਪ ਲੋਨ ਮਿਲਣ ਲੱਗ ਰਹੇ ਵਿਦਾਊਟ ਐਨੀ ਗਰੰਟੀ, 10-10 ਲੇਡੀਜ਼ ਦਾ 4-4 ਲੇਡੀਜ਼ ਦੇ ਗਰੁੱਪ ਬਣ ਕੇ ਵੀ ਇੱਕ ਬਣਾਊਗੀ, ਇੱਕ ਰੋ ਮਟੀਰੀਅਲ ਲੈ ਕੇ ਆਊਗੀ, ਇੱਕ ਅੱਗੇ ਇਹਨੂੰ ਮਾਰਕੀਟਿੰਗ ਕਰਨਗੇ। ਉਹ ਸਾਰੀਆਂ ਚੀਜ਼ਾਂ ਸੈਂਟਰ ਗੌਰਮੈਂਟ ਇਹ ਚੀਜ਼ ਲਈ ਵੀ ਤੁਸੀਂ ਮਤਲਬ ਇੰਪਾਵਰਮੈਂਟ ਬਣੋ ਅਤੇ ਅੱਗੇ ਦੂਜੀਆਂ ਭੈਣਾਂ ਨੂੰ ਰੋਜ਼ਗਾਰ ਦਿਉ। ਤੀਜਾ, ਇਸ ਵਾਰ ਜਿਹੜੇ ਮੈਨੀਫੈਸਟੋ ਹਲੇ BJP ਦਾ ਆਇਆ ਨਹੀਂ, ਉਹ ਜਦੋਂ ਆਊਗਾ ਤਾਂ ਉਹਦੀਆਂ ਡਿਸਕਸ ਇਹ ਹੋ ਰਹੀ ਹੋਈ ਹੈ। ਜਿਹੜਾ ਇਸ ਵਾਰ ਦਾ ਏਜੰਡਾ ਹੈਗਾ ਸੀ ਵੀ ਅਸੀਂ 5 ਕਰੋੜ ਲੇਡੀਜ਼ ਨੂੰ ਲੱਖਪਤੀ ਭੈਣਾਂ ਬਣਾਉਣਾ, ਵੀ 5 ਕਰੋੜ ਲੇਡੀਜ਼ ਜਿਹੜੀਆਂ 0 ਤੋਂ ਲੱਖਪਤੀ ਬਣੀਆਂ ਉਹ ਕੈਟਾਗਰੀ ਦੇ ਵਿੱਚ ਲੈ ਕੇ ਆਉਣਾ। ਲੈ ਕੇ ਕਿਵੇਂ ਆ ਰਹੇ ਨੇ? ਆਹੀ ਜੋ ਮੈਂ ਤੁਹਾਨੂੰ ਪੋਲਿਸੀਜ਼ ਦੱਸਿਆ, ਤਾਂ ਦੱਸੋ ਮਤਲਬ ਇੱਕ ਇਮੈਜੀਨੇਸ਼ਨ ਕਰਕੇ ਦੇਖੋ ਵੀ ਇੱਕ ਲੀਡਰ ਦਾ ਦਿਮਾਗ ਜਾਂ ਇੱਕ ਪਾਰਟੀ ਦਾ ਦਿਮਾਗ ਇਹ ਹੈ, ਦੂਜੇ ਲੀਡਰ ਦਾ ਜਾਂ ਦੂਜੀ ਪਾਰਟੀ ਦਾ ਵਿਜ਼ਨ ਦੇਸ਼ ਪ੍ਰਤੀ ਆਹ ਹੈਗਾ। ਜਿੰਨੇ ਆਪਣੇ ਡਿਫੈਂਸ ਦੇ ਵਿੱਚ ਦੇਖ ਲਓ, ਜਦੋਂ ਆਪਣੇ ਦੇਸ਼ ਨੂੰ ਕਦੇ ਇੱਦਾਂ ਦੀ ਲੋੜ ਪੈਂਦੀ ਸੀ ਦੂਜਾ ਦੇਸ਼ ਡੀਲ ਕੈਂਸਲ ਕਰ ਦਿੰਦਾ ਸੀ ਵੀ ਯਾਰ ਅਸੀਂ ਨਹੀਂ ਤੁਹਾਨੂੰ
ਟੈਂਕ ਦੇਣਾ, ਅਸੀਂ ਨਹੀਂ ਤੁਹਾਨੂੰ ਹੈਲੀਕਾਪਟਰ ਦੇਣੇ। ਮੋਦੀ ਜੀ ਨੇ ਸਭ ਤੋਂ ਪਹਿਲਾਂ ਉਹੀ ਝੰਝਟ ਖਤਮ ਕੀਤਾ ਵੀ ਯਾਰ ਸਾਰੀ ਚੀਜ਼ ਆਪਣੇ ਇੱਥੇ ਬਣਨੀ ਚਾਹੀਦੀ ਹੈ, ਅਤੇ ਉਹ ਚੀਜ਼ ਬਣਨ ਲੱਗ ਰਹੀ ਹੈ। ਡਰੋਨ ਡਰੋਨ 100-200 ਕਰੋੜ ਦੇ ਅਗਰ ਬਾਹਰੋਂ ਆਪਾਂ ਲੈਂਦੇ ਹਾਂ, ਇੱਕ ਡਰੋਨ 200 ਰੁਪਏ ਦਾ ਹੈ ਕਿੱਡਾ, ਉਹ ਸਾਰੇ ਇੰਡੀਆ ਦੇ ਵਿੱਚ ਬਣਨ ਲੱਗ ਗਏ। ਚਾਹੇ ਆਪਣੀ ਰਾਈਫਲ ਹੈਗੀਆਂ ਨੇ, ਆਪਣੀ ਬੁਲਟ ਪਰੂਫ ਜਾਕਟ ਹੈਗੀਆਂ ਨੇ, ਸ਼ੂਜ਼ ਹੈਗੀਆਂ ਨੇ, A-to-Z ਡਿਫੈਂਸ ਦਾ ਕੰਮ ਇੱਥੇ ਹੋਣ ਲੱਗ ਗਿਆ। ਸੈਟਲਾਈਟਸ ਜਿਹੜੀਆਂ ਬਾਹਰ ਜਾ ਰਹੀਆਂ ਸੀ ਇਸਰੋ ਵੱਲੋਂ, ਉਹ ਸਾਰੀਆਂ ਇੰਡੀਆ ਦੇ ਵਿੱਚ ਡਿਵੈਲਪ ਹੋਣ ਲੱਗ ਗਿਆ। ਈਵਨ ਕਿ ਉਹਦੇ ਪਾਰਟਸ ਵੀ ਇੰਡੀਆ ਦੇ ਵਿੱਚ ਬਣਨ ਲੱਗ ਗਏ। ਜਿਹੜਾ ਆਪਣਾ ਹੁਣ ਚੰਦਰਮਾ 'ਤੇ ਗਿਆ, ਉਹ ਵੀ ਆਪਣਾ ਯਾਨ ਹੈ, ਪੂਰੇ ਦਾ ਪੂਰਾ ਇੰਡੀਅਨ ਹੈਗਾ। ਤਾਂ ਸੋਚੋ ਵੀ ਹਰ ਇੱਕ ਜਿਹੜੀ ਵੀ ਚੀਜ਼ ਨੂੰ ਮੋਦੀ ਜੀ ਨੇ, ਚਾਹੇ ਉਹ ਸਪੋਰਟਸ ਹੈ, ਯੂਥ ਐਂਡ ਸਪੋਰਟਸ ਦੇ ਵਿੱਚ ਦੇਖ ਲਈਏ, ਤਾਂ ਹਜ਼ਾਰੋਂ ਇੱਦਾਂ ਦੀਆਂ ਚੀਜ਼ਾਂ ਨੇ। ਪਹਿਲਾਂ ਆਪਣੇ ਦੇਸ਼ ਨੂੰ ਮੈਡਲ ਕਿੰਨੇ ਆ ਰਹੇ ਸੀ, 4 ਜਾਂ 5, ਹੁਣ ਕਿੰਨੇ ਆ ਰਹੇ ਨੇ, 40 ਜਾਂ 45। ਇੱਕੋ ਦਮ ਕਿੰਨੇ ਜ਼ਿਆਦਾ ਗਰੋ ਮਿਲੀ ਹੈ, ਉਹ ਮਿਲੀ ਕਦੇ ਕਰਕੇ, ਆਹੀ ਪੋਲਿਸੀਜ਼ ਕਰਕੇ। ਥੋੜਾ ਕਹਿਣ ਦਾ ਮਤਲਬ ਵੀ ਜੇ ਪੰਜਾਬ ਦੇ ਵਿੱਚ ਪ੍ਰਚਾਰ ਵਧੀਆ ਹੋਵੇ ਤਾਂ BJP ਆ ਸਕਦੀ ਹੈ। ਬਿਲਕੁਲ ਜੀ, ਠੀਕ ਆ ਸੰਦੀਪ ਜੀ, ਧੰਨਵਾਦ ਸਮਾਂ ਦੇਣ ਦੇ ਲਈ।